ਵਾਹਿਗੁਰੂ 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 ਗੁਰੂ ਵਾਹਿਗੁਰੂ 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 ਜੁੜ ਕੇ ਜੁੜ ਕੇ ਮਨ ਨੂੰ ਚੁੱਪ ਕਰਾ ਕੇ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਜੀਓ ਸੋਚਿਓ ਨਾ ਕੇਵਲ ਪੂਰੀ ਸਲੇਟ ਕਰਕੇ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ
ਚੰਦਨ ਅਨਕੁਬਾਰ। ਮੇਰੇ ਨਾਲ ਪੜਿਆ ਕਰੋ ਹੱਥ ਜੋੜ ਕੇ, ਡੰਡਾਉਤ ਵੰਦਨ ਅਨਕਬਾਰ, ਸਰਬ ਕਲਾ ਸਮਰੱਥ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰਿਅੰ ਕਰਿਅੰ ਨਿਰਨਾਮੇ ਅਕਾਮੇ, ਹਰਿਅੰ ਕਰਿਅੰ ਨਿਰਨਾਮੇ ਅਕਾਮੇ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਅਗੰਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਬੋਲਤ, ਇੱਧਰ ਵੇਖੋ ਤੁਸੀਂ, ਜਿਸ ਬੋਲਤ ਮੁੱਖ ਪਵਿੱਤ ਹੋਏ, ਕੋਈ ਛੋਟੀ ਜਿਹੀ ਕਹਾਣੀ ਨਹੀਂ, ਗੱਲਾਂ ਤਾਂ ਸਵੇਰ ਤੋਂ ਸ਼ਾਮ ਤੱਕ ਆਪਾਂ ਬੋਲੀ ਗਏ ਹਾਂ ਨਾ, ਨਹੀਂ ਪਤਾ ਲੱਗਾ, ਸਵੇਰ ਤੋਂ ਸ਼ਾਮਾਂ ਤੱਕ ਜਿਉਂ ਉੱਠੇ ਹਾਂ, ਗੱਲਾਂ ਤਾਂ ਕਰਦੇ ਹੀ ਰਹੇ ਨਾ, ਆਹ ਮੁੱਕੀ ਦੂਸਰੀ ਸ਼ੁਰੂ ਹੋ ਗਈ, ਆਹ ਗੱਲ ਮੁੱਕੀ ਅਤੇ ਦੂਸਰੀ ਸ਼ੁਰੂ ਹੋ ਗਈ। ਮਗਰ ਇੱਕ ਮੇਰੇ ਸਤਿਗੁਰੂ ਜੀ ਕਹਿੰਦੇ, ਬੋਲ ਹੈ ਤੂੰ ਬੋਲੇਗਾ ਅਤੇ ਤੇਰਾ ਮੂੰਹ ਪਵਿੱਤਰ ਹੋਊਗਾ। ਆਖੋ ਵਾਹਿਗੁਰੂ। ਜਿਸ ਬੋਲਤ ਮੁੱਖ ਪਵਿੱਤ ਹੋਏ, ਆ ਜਿਹੜੇ ਤੁਸੀਂ ਵਾਹਿਗੁਰੂ 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 ਕਿਹਾ, ਇਸ ਸ਼ਬਦ 'ਚ ਇੰਨੀ ਪਾਵਰ ਹੈ, ਲੋਕੀ ਭੁੱਲ ਗਏ, ਮਨੁੱਖਤਾ ਭੁੱਲ ਗਈ। ਏਕ ਵਾਰ ਜੰਤਵੇਂ ਸਵਾਰਾ, ਕਰੋੜ ਵਾਰ ਦੂਸਰੀਆਂ ਗੱਲਾਂ ਕੀਤੀਆਂ, ਮਿਲਿਆ ਕੱਖ ਨਹੀਂ। ਵਾਹਿਗੁਰੂ ਇੱਕ ਵਾਰ ਕਿਹਾ ਗਿਆ ਕਿਤੇ ਪ੍ਰੇਮ ਨਾਲ, ਏਕ ਵਾਰ ਜੰਤਵੇਂ ਸੰਵਾਰਾ ਮਿੰਜ ਯਾਦ ਕੀਤਾ, ਸੰਭਾਲੇ ਸੰਭਾਲਾ, ਉੱਥੋਂ ਸ਼ਬਦ ਚੁੱਕਿਆ ਮਹਾਰਾਜ ਨੇ, ਸੰਭਾਲਾ ਸ਼ਬਦ ਹੈ, ਤੈਨੂੰ ਇੱਕ ਵਾਰ ਜਿਹਨੇ ਯਾਦ ਕੀਤਾ, ਕਾਲ ਦੀ ਫਾਸੀ 'ਤੇ ਚੜ ਗਿਆ ਸੀ, ਮੌਤ ਦੇ ਮੂੰਹ ਵਿੱਚ ਪੈ ਗਿਆ ਸੀ, ਇੱਕ ਵਾਰ ਵਾਹਿਗੁਰੂ ਕਹਿਤਾ ਅਤੇ ਤੂੰ ਬਾਹੋਂ ਫੜ ਕੇ ਕਾਲ ਫਾਸ 'ਤੇ ਪਕੜ ਕੇ ਸਮਝ ਕੇ, ਇੱਕ ਵਾਰ ਵਾਹਿਗੁਰੂ ਮੂੰਹ ਤੋਂ ਕਹਿਤਾ, ਕਾਲ ਦੀ ਫਾਸੀ 'ਤੇ ਚੜ ਗਿਆ ਸੀ, ਵਾਹਿਗੁਰੂ ਸ਼ਬਦ ਦੇ ਮਾਲਕ ਨੇ ਆਣ ਕੇ ਬਾਹੋਂ ਫੜ ਕੇ ਕਾਲ ਦੀ ਫਾਸੀ ਤੋਂ ਬਚਾ ਲਿਆ, ਉਬਾਰਾ, ਉਬਾਰਾ ਦਾ ਮਿੰਜ ਬਚਾ ਲਿਆ, ਅਰਥ ਹੁੰਦਾ ਹੈ ਨਾ ਉਬਾਰਾ ਮਿੰਜ ਬਚਾ ਲਿਆ। ਬਹਿ ਜਾ ਪੁੱਤ, ਬਹਿ ਜਾ, ਬੈਠ ਜਾਓ ਬੇਟਾ, ਬੈਠ ਜਾਓ, ਬੈਠ ਜਾਓ, ਬੈਠ ਜਾਓ ਉੱਥੇ,
ਆਖੋ ਵਾਹਿਗੁਰੂ। ਹੋਰ ਦੱਸਾਂ ਕੁਛ ਕਿ ਇੰਨੇ ਨਾਲ ਪਤਾ ਲੱਗ ਗਿਆ। ਹੋਰ ਕਹਿੰਦੇ ਰੋਜ਼ ਚੌਪਈ ਸਾਹਿਬ 'ਚ ਹੁਣੇ ਸਿੰਘ ਦੇ ਨਾਲ ਘਰੋਂ ਇੱਥੋਂ ਆਏ ਹਾਂ, ਇੱਕ ਚੌਪਈ ਸਾਹਿਬ ਦਾ ਪਾਠ ਕੀਤਾ ਰਾਤ ਦੇ ਚੰਨਾਂ ਗੁਰਸਿੱਖਾਂ ਨੇ। ਜੋ ਕੱਲ੍ਹ ਕੋ ਇੱਕ ਵਾਰ ਧਿਆਏ ਹੈ, ਧਿਆਏ ਹੈ ਨਹੀਂ, ਥੋੜ੍ਹਾ ਜਿਹਾ ਧਿਆਨ ਦਿਓ। ਧਿਆਏ ਹੈ ਨਹੀਂ, ਪਤਾ ਲੱਗਾ ਕੁਛ? ਆਪਾਂ ਕੀ ਪੜ੍ਹਦੇ? ਧਿਆਏ ਹੈ, ਧਿਆਏ ਹੈ ਤੱਦੇ ਨੂੰ ਸਿਆਰੀ, ਐੜੇ ਨੂੰ ਦੋ, ਅਤੇ ਉੱਧਰ ਵੀ ਤੈਅ ਹੈ, ਦੋ ਵਾਰ ਦੋ ਦੋ ਲਾਵਾਂ ਤਾਂ ਕਿ ਕਾਲ ਇੰਨੀ ਪਾਵਰ। ਇੱਕ ਵਾਰ ਸਾਰਾ ਦਿਨ 'ਚ ਇੱਕ ਵਾਰ ਵੀ ਨਹੀਂ ਕਹਿ ਸਕਦੇ? ਚਲੋ ਅੱਜ ਮਾਲਕ ਨੂੰ ਤੁਸੀਂ ਕੁਛ ਸਮਾਂ ਬੋਲੋ ਅਤੇ ਕਹੋ ਜੀ ਆਹ ਮੇਰੇ ਸਾਰੇ ਬੋਲੇ 'ਚੋਂ ਆਪਣੇ ਦਰ 'ਤੇ ਤੂੰ ਇੱਕ ਵਾਰ ਕਿਹਾ ਪ੍ਰਵਾਨ ਕਰ ਲਾ। ਵਾਹਿਗੁਰੂ 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 ਵਾਹਿਗੁਰੂ। ਕਰ ਲਓ ਕਰ ਲਓ ਪਿਤਾ ਜੀ, ਪ੍ਰਵਾਨ ਕਰ ਲਓ, ਭਗਤਾਂ ਦਾ ਬੋਲਿਆ ਪ੍ਰਵਾਨ ਹੈ। ਵਾਹਿਗੁਰੂ 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 ਵਾਹਿਗੁਰੂ। ਜਿਉਂਦੇ ਰਹੋ। ਵਾਹਿਗੁਰੂ 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 ਵਾਹਿਗੁਰੂ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਵੈਸੇ ਤੁਸੀਂ ਪੜ੍ਹਦੇ ਹੋ ਨਾਮ ਕਹਿਤ ਗੋਬਿੰਦ ਕਾ, ਭਾਈ ਸਾਹਿਬ ਕੀਰਤਨ ਕਰਦੇ ਨਾਮ ਕਹਿਤ ਮੂੰਹ ਤੋਂ ਉਸ ਵਾਹਿਗੁਰੂ ਗੋਬਿੰਦ ਦਾ ਨਾਮ ਕਿਹਾ ਅਤੇ ਅੱਗੇ ਲਿਖਿਆ ਸੂਚੀ ਪਈ ਰਸਨਾ। ਪਤਾ ਲੱਗਾ ਕਿ ਨਹੀਂ ਅਰਥ ਦਾ? ਨਹੀਂ, ਜੇ ਰਸਨਾ ਵਾਹਿਗੁਰੂ ਕਵੇ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੁਗਲੀ ਨਿੰਦਾ ਦੀਆਂ ਗੱਲਾਂ ਕਰ ਕਰਕੇ ਜੂਠੀ ਹੋਈ, ਜੂਠੀ ਹੋਈ, ਜੂਠੀ ਭੈਣੋ ਮੰਨਦੀਆਂ ਜੇ, ਸਵੇਰ ਤੋਂ ਸ਼ਾਮ ਤੱਕ ਜੂਠੀ ਹੋਈ। ਇੱਕ ਵਾਰ ਵਾਹਿਗੁਰੂ ਕਿਹਾ ਤੇ ਗਰੰਟੀ ਗੁਰੂ ਅਰਜਨ ਦੇਵ ਸਾਹਿਬ ਦੀ, ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ, ਰਸਨਾ ਸੂਚੀ ਹੋ ਗਈ। ਨਾਮ ਰਾਮ ਗੋਬਿੰਦ ਜਪਿੰਦਿਆਂ, ਇਹ ਸਾਰੇ ਬੋਲ ਨੇ,
ਹੋਆ ਮੁੱਖ ਪਵਿੱਤਰ ਹੋਆ ਤੇ ਤੁਸੀਂ ਕਰਦੇ ਕਿਉਂ ਨਹੀਂ ਵੀ ਸਾਡਾ ਮੂੰਹ ਪਵਿੱਤਰ ਹੋ ਜੇ? ਵਾਹਿਗੁਰੂ ਸ਼ਬਦ ਕਹਿਣ ਲੱਗਿਆ ਕੋਈ ਟੈਕਸ ਨਹੀਂ ਲੱਗਦਾ, ਆਖੋ ਵਾਹਿਗੁਰੂ, ਕੋਈ ਅਲਾਮਾ ਨਹੀਂ, ਵਾਹਿਗੁਰੂ ਸ਼ਬਦ ਕਹਿੰਦੇ ਆ। ਤੁਸੀਂ ਦੂਸਰੀ ਕੋਈ ਗੱਲ ਕਰੋ, ਕਿਸੇ ਨੂੰ ਚੰਗੀ ਲੱਗ ਜੂ, ਕਿਸੇ ਨੂੰ ਮਾੜੀ ਲੱਗ ਜੂ, ਪਤਾ ਲੱਗ ਰਿਹਾ ਪੁੱਤ ਚਸ਼ਮੇ ਵਾਲੇ ਪੁੱਤਰ ਨੂੰ? ਦੂਸਰੀਆਂ ਸੰਸਾਰ ਦੀਆਂ ਗੱਲਾਂ ਕਰੋਗੇ, ਕਿਸੇ ਨੂੰ ਚੰਗੀ ਲੱਗੂ, ਕਿਸੇ ਨੂੰ, ਮਗਰ ਨਾਮ ਜਪਣਾ ਤਾਂ ਸਾਰਿਆਂ ਨੂੰ ਭਲਾ ਲੱਗਣਾ ਹੈ। ਅਤੇ ਉਹਨੇ ਸਗੋਂ ਅਸੀਸ ਦੇਣੀ ਆ ਵੀ ਭਲਿਆ ਪੁਰਸ਼ਿਆ। ਆਪਾਂ ਰੋਜ਼ ਅਰਦਾਸ ਕਰਦੇ, ਕੱਲ ਵੀ ਇਹ ਬਚਨ ਹੋਇਆ ਸੀ, ਸਹੀ ਗੁਰਮੁਖ ਪਿਆਰੇ ਮੇਲ ਤੇਰਾ ਨਾਮ ਚੇਤਾ ਹੋਵੇ। ਇਹ ਕਿਸੇ ਦੀ ਭੁੱਖ ਸੀ, ਹੁਣ ਨਹੀਂ ਹੈਗੀ। ਕਦੀ ਕਿਸੇ ਰੂਹਾਂ ਦੀ, ਗੁਰਮੁਖਾਂ ਦੀ ਇਹ ਭੁੱਖ ਹੁੰਦੀ ਸੀ, ਅਰਦਾਸ ਕਰਦੇ ਸੀ ਗੁਰੂ ਅੱਗੇ, ਮੈਨੂੰ ਜ਼ਿੰਦਗੀ ਵਿੱਚ ਸਾਰਾ ਦਿਨ ਵਿਚਰਦਿਆਂ ਉਹਨਾਂ ਗੁਰਮੁਖਾਂ ਦਾ ਮਿਲਾਪ ਕਰਾਇਓ, ਜਿਨ੍ਹਾਂ ਗੁਰਮੁਖਾਂ ਦੇ ਮਿਲਾਪ ਹੋਣ ਦੇ ਨਾਲ ਤੇਰਾ ਨਾਮ ਮੇਰੇ ਅੰਦਰ ਚੱਲ ਪਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤਗੜਿਓ ਜਿਉਂਦੇ ਰਹੋ ਜਿਉਂਦੇ ਰਹੋ। ਜਿੱਦਣ ਕਿਤੇ ਮਸਤੀ ਚੜ ਗਈ ਨਾ, ਬਹੁਤ ਰੰਗ ਲੱਗਾ ਜੇ ਇਹਨੂੰ ਮਣੋ, ਸਾਧੂ ਸੰਗ ਖਰਾਬਤੇ ਨਾਨਕ ਰੰਗ ਮਣਨ, ਸੰਗਤ ਵਿੱਚ ਰੰਗ ਮਾਣਦੀ
Vahguru, 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਚਨ ਪੜ੍ਹ ਕੇ ਆਏ ਹੁਣੇ ਰਹਿ ਰਸ ਵਿੱਚ ਜਿਨ੍ਹਾਂ ਨੇ ਕੀਤੀ ਹੈ, ਵੈਸੇ ਰਹਿ ਰਸ ਦੀ ਬਾਣੀ ਰਾਹ ਦਾ ਕਿਰਾਇਆ ਹੈ, ਰਹਿ ਰਾਸ਼ੀ ਰੱਬ ਦੇ ਘਰ ਨੂੰ ਜਾਣ ਦਾ ਕਿਰਾਇਆ ਹੈ। ਬਹੁਤੇ ਸਿੱਖ ਹੁਣ ਪੜ੍ਹਨੋਂ ਹਟ ਗਏ। ਆਖੋ ਵਾਹਿਗੁਰੂ। ਕਦੀ ਸਿੱਖ ਦੇ ਘਰੋਂ ਇਹ ਆਵਾਜ਼ ਉੱਠੇ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਮਸਲਾ ਹੱਲ ਹੋ ਗਿਆ, ਤੇਰੀ ਐਪਲੀਕੇਸ਼ਨ ਲੱਗ ਗਈ ਮਾਲਕ ਦੇ ਘਰ ਚ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋਂ ਕਰੂੰ ਗੁਰਪਾਸ, ਹਮ ਕੀਰੇ। ਜਦੋਂ ਤੁਸੀਂ ਖਿਲਾਰ ਖਿਲਾਰ ਕੇ ਬਾਣੀ ਪੜੋਗੇ ਨਾ, ਬਾਣੀ ਤੁਹਾਨੂੰ ਗਲਵਕੜੀਆਂ ਪਾਓਗੇ। ਸੱਚਮੁੱਚੀ ਤੁਸੀਂ ਧੀ ਨਾਲ ਕਦੀ ਇਸ ਤਰ੍ਹਾਂ ਗੱਲ ਨਹੀਂ ਕਰਦੇ ਜਿਸ ਤਰ੍ਹਾਂ ਗੁਰੂ ਨਾਲ ਗੱਲ ਕਰਦੇ ਹੋ। ਨਹੀਂ, ਧੀ ਨਾਲ ਵੀ ਗੱਲ ਕਰਨੀ ਹੋਵੇ ਤੇ ਮੂੰਹ ਸਵਾਰ ਦਿਓ। ਮੇਰੀ ਧੀ ਨੂੰ ਕਿਤੇ ਮੇਰਾ ਬੋਲਣਾ ਬੁਰਾ ਨਾ ਲੱਗ ਜਾਏ, ਮੇਰੇ ਸੱਜਣ ਨੂੰ ਮੇਰਾ ਬੋਲਣਾ ਇਸ ਤਰ੍ਹਾਂ ਸਵਾਰ ਸਵਾਰ ਕੇ ਬੋਲ ਬੋਲਦੇ ਹੋ। ਮਗਰ ਬਾਣੀ ਪੜ੍ਹਨ ਲੱਗੇ ਧਿਆਨ ਨਹੀਂ ਕਰਦੇ ਵੀ ਮੈਂ ਇਹ ਜੋ ਬੋਲ ਬੋਲਣ ਲੱਗਾ ਇਹ ਮੈਂ ਗੁਰੂ ਨਾਲ ਵਾਰਤਾਲਾਪ ਕਰਨ ਲੱਗਾ। ਬਾਣੀ ਗੁਰੂ, ਉੱਚੀ ਬੋਲੋ, ਬਾਣੀ ਤੇ ਗੁਰੂ ਹੈ। ਬਾਣੀ ਨੂੰ ਪੜ੍ਹਨ ਲੱਗਿਆ ਤੂੰ ਪਹਿਲੋ ਸਮਾਂ ਵੇਖ ਲੈਂਦਾ ਇਸ ਤਰ੍ਹਾਂ ਘੜੀ ਚੁੱਕ ਕੇ, ਇੰਨੇ ਚਿਰ ਚ ਮੈਂ ਸੁਖਮਨੀ ਸਾਹਿਬ ਕਰਨੀ, ਇੰਨੇ ਚਿਰ ਚ ਮੈਂ ਪੰਜ ਬਾਣੀਆਂ ਪੜ੍ਹਨੀਆਂ। ਜਿੱਦਣ ਕਦੀ ਬਾਣੀ ਨੂੰ ਸਵਾਰ ਕੇ ਪੜ੍ਹੇਗਾ ਨਾ, ਇਹ ਗੱਲਾਂ ਇੰਨੀਆਂ ਪਿਆਰੀਆਂ ਨੇ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਹੱਥ ਜੋੜੋ ਹਾਂ ਤੇ ਕਹੋ, ਹਰ ਕੇ ਜਨ ਸਤਿਗੁਰ ਸਤਿਪੁਰਖ, ਬਿਨੋ ਕਰੋ ਗੁਰ, ਹਮ ਕੀਰੇ ਕਿਰਮ ਕਰ ਦਇਆ। ਗਰੀਬ ਨਵਾਜ ਮੇਰੇ ਤੇ ਦਇਆ ਕਰ, ਨਾਮ ਦਾ ਪ੍ਰਕਾਸ਼ ਕਰਾ ਦੇ ਮੇਰੇ ਹਿਰਦੇ ਚ, ਹਨੇਰੀ ਕੋਠੜੀ ਚ ਨਾਮ ਦਾ ਪ੍ਰਕਾਸ਼ ਕਰਾ ਦੇ, ਚਾਨਣ ਕਰ ਦੇ। ਅਨੰਤ ਅਨੰਤ ਐਸੀਆਂ ਕਹਾਣੀਆਂ ਨੇ ਬਾਣੀ ਦੇ ਵਿੱਚ, ਰਹਿ ਰਾਸ ਸਾਹਿਬ ਦੇ ਵਿੱਚ। ਮੈਂ ਕਈ ਵਾਰ ਇਹ ਬੇਨਤੀ ਕੀਤੀ ਵੀ ਸਿੱਖਾ ਤੂੰ ਰਾਤ ਨੂੰ ਕਹਿ ਕੇ ਸੋਇਆ ਕਰ ਵੀ ਹਮਰੀ ਕਰੋ, ਕਰੂਗਾ ਨਹੀਂ? ਬੋਲੋ ਜੀ ਗੁਰੂ ਕੇ ਸਿੱਖੋ। ਕਹਿਣੋ ਹਟ ਗਏ ਲੋਕੀ, ਨਾਨਕ ਸੱਚੇ ਨਾਮ ਬਿਨ, ਨਾਨਕ ਸਿਰ ਤੇ ਖੁਰ, ਆਪਾਂ ਪਿੰਡਾਂ ਨੂੰ ਕਹਿੰਦੇ ਡੰਗਰਾਂ ਦੇ ਕੀ ਕਹਿੰਦੇ ਖੁਰ, ਪੈਰਾਂ ਨੂੰ।
ਸੱਚੇ ਨਾਮ ਤੋਂ ਬਿਨਾਂ ਅੱਜ ਭਾਵੇਂ ਸਿੱਖ ਆ ਅਤੇ ਭਾਵੇਂ ਬ੍ਰਾਹਮਣ ਆ ਅਤੇ ਭਾਵੇਂ ਮੁਸਲਮਾਨ ਆ ਅਤੇ ਭਾਵੇਂ ਈਸਾਈ, ਸਿਰ ਖੁਰ ਪੱਤ ਪਾਟੀ, ਸਿਰ ਖੁਰ ਪੱਤ ਪੱਤ ਮਿੰਜ ਇੱਜ਼ਤ ਦਾ ਕੱਪੜਾ ਪੈਰਾਂ ਤੋਂ ਲੈ ਕੇ ਸਿਰ ਤੱਕ, ਕਿਸੇ ਦੀ ਧੀ ਆਖੇ ਨਹੀਂ ਲੱਗਦੀ, ਕਿਸੇ ਦੀ ਨਹੁੰ ਆਖੇ ਨਹੀਂ ਲੱਗਦੀ, ਕਿਸੇ ਦਾ ਬੱਚਾ ਆਖੇ ਨਹੀਂ ਲੱਗਦਾ, ਕਿਸੇ ਦੇ ਬੱਚੇ ਨੇ ਕੋਈ ਐਸਾ ਕਰਮ ਕਰਤਾ ਹੈ ਇੱਜ਼ਤ ਜਾਂਦੀ ਰਹਿ ਗਈ, ਕਿਸੇ ਦੀ ਬੱਚੀ ਨੇ ਕਰਤੀ, ਇਹ ਸਭ ਕੁਝ ਕਿੱਥੋਂ ਸ਼ੁਰੂ ਹੋਇਆ? ਸੱਚੇ ਨਾਮ ਤੋਂ ਬਿਨਾਂ। ਨਾਨਕ ਸੱਚੇ ਨਾਮ ਬਿਨ, ਬੋਲੋ, ਸਿਰ ਤੇ ਖੁਰ ਪੈਰਾਂ ਤੋਂ ਲੈ ਕੇ ਸਿਰ ਤੱਕ ਉਹਦੀ ਇੱਜ਼ਤ ਦਾ ਕੱਪੜਾ ਲੀਰੋ ਲੀਰ ਹੋ ਜਾਂਦਾ ਜਿਹੜਾ ਬੰਦਾ ਰੱਬ ਦਾ ਨਾਮ ਨਹੀਂ ਜਪਦਾ। ਪੈਸੇ ਵਾਲਾ ਹੈ? ਆਖੋ ਵਾਹਿਗੁਰੂ। ਪੈਸੇ ਵਾਲਾ ਹੈ? ਤੁਹਾਡੇ ਕੋਲ ਤੇ ਇੱਕ ਸਰਟੀਫਿਕੇਟ ਮਿਲ ਗਿਆ ਇੰਡੀਆ ਜਾ ਕੇ, ਜਦੋਂ ਤੁਸੀਂ ਗੱਲ ਕਰਦੇ ਨਾ ਅਸੀਂ ਕੈਨੇਡਾ ਤੋਂ ਆਏ, ਤੁਹਾਡੇ ਲਈ ਇਹੋ ਹੀ ਧੰਨ ਹੋ ਗਿਆ। ਆਖੋ ਵਾਹਿਗੁਰੂ। ਮੇਰੇ ਲਈ ਤੁਹਾਡੇ ਲਈ ਇਹੋ ਹੀ ਧੰਨ ਹੋ ਗਿਆ ਵੀ ਅਸੀਂ ਪੰਜਾਬ ਚ ਜਿੱਥੇ ਕਿਸੇ ਨੇ ਨਹੀਂ ਵੀ ਪੁੱਛਿਆ ਮੈਂ ਤਾਂ ਵੀ ਦੱਸਣਾ ਵੀ ਮੈਂ ਕਿੱਥੋਂ ਆਇਆ, ਕੈਨੇਡਾ ਤੋਂ ਆਇਆ। ਨਹੀਂ ਸੱਜਣਾ, ਦੱਸਣ ਵਾਲੀ ਕਹਾਣੀ ਤੇ ਇਹ ਸੀ ਵੀ ਤੂੰ ਦੱਸ ਦੋ ਜਿਹੜੀ ਸਿੱਖੀ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਆਇਆ ਸਾਂ, ਆ ਵੇਖੋ ਮੈਂ ਕੈਨੇਡਾ ਚ ਰਹਿ ਕੇ ਵੀ ਉਹ ਸਿੱਖੀ ਨਾਲ ਲੈ ਕੇ ਆਇਆ ਤੇ ਸਿੱਖੀ ਪਾਲੀ ਆ। ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪੱਤ ਪਾਟੀ, ਸਿਰ ਤੋਂ ਲੈ ਕੇ ਪੈਰਾਂ ਤੱਕ ਪੱਤ ਦਾ ਕੱਪੜਾ ਪਾਟ ਜਾਂਦਾ ਹੈ। ਕਿੰਨੀ ਇੱਕ ਅਸ਼ਟਪਦੀ ਤੁਸੀਂ ਰੋਜ਼ ਪੜ੍ਹਦੇ ਹੋ, ਉਹਦੇ ਵਿੱਚ ਮੇਰੇ ਮਾਲਕ ਜੀ ਕਹਿੰਦੇ ਆ ਜਿਹੜੇ ਤੈਨੂੰ ਘਰ ਮਿਲੇ ਨੇ, ਤੈਨੂੰ ਕੱਪੜੇ ਮਿਲੇ ਨੇ, ਤੈਨੂੰ ਇੱਜ਼ਤ ਮਿਲੀ ਆ, ਤੇਰਾ ਸਭ ਕੁਛ ਸਹੀ ਚੱਲ ਰਿਹਾ ਹੈ, ਜੇ ਪ੍ਰਸਾਦ ਬੱਸੇ ਨਹੀਂ। ਤੈਨੂੰ ਕਹਿ ਰਹੀ ਬਾਣੀ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਤੈਨੂੰ ਕਹਿ ਰਹੀ ਬਾਣੀ ਕੀ ਜਿਹਦੀ ਕਿਰਪਾ ਨਾਲ ਸੁਖ ਮੰਦਰ ਦਾ ਮਤਲਬ ਹੁੰਦਾ ਸੁੱਖਾਂ ਦੇ ਘਰ ਵਿੱਚ। ਆ ਜਿਹੜੇ ਤੁਹਾਡੇ ਘਰ ਆ ਨਾ, ਭਾਵੇਂ ਹੈ ਲੱਕੜ ਦੇ, ਮਾਲਕ ਪਾਤਸ਼ਾਹ ਕਹਿੰਦੇ ਇਸ ਘਰ ਦੇ ਵਿੱਚ ਜਿਹਦੇ ਨਾਲ ਤੂੰ ਸੁੱਖਾਂ ਚ ਰਹਿ ਰਿਹਾ ਹੈ, ਆਨੰਦ ਮਾਣ ਰਿਹਾ ਹੈ, ਪੁੱਤਰ ਧੀਆਂ ਸਾਰਿਆਂ ਦੇ ਵਿੱਚ ਤੂੰ ਬੜੇ ਆਨੰਦ ਨਾਲ ਜ਼ਿੰਦਗੀ ਕੱਟ ਰਿਹਾ ਹੈ, ਤੇਰਾ ਵੀ ਧਰਮ ਬਣਦਾ ਹੈ, ਜਿਹਨੇ ਤੈਨੂੰ ਘਰ ਵਿੱਚ ਖੁਸ਼ੀਆਂ ਬਖਸ਼ੀਆਂ ਨੇ ਤਿਸੇ ਧਿਆਏ। ਨਹੀਂ ਆਉਂਦੀ ਤਿਸੇ ਧਿਆਏ ਸਦਾ ਮਨ ਆਉਂਦਾ। ਤੇਰਾ ਧਰਮ ਕੀ ਬਣਦਾ ਵੀ ਜਿਹਨੇ ਤੈਨੂੰ ਘਰ ਵਿੱਚ ਸੋਹਣੇ ਮੰਦਰ ਦਿੱਤੇ, ਘਰ ਦਿੱਤੇ, ਖੁਸ਼ੀਆਂ ਦਿੱਤੀਆਂ, ਤੇਰਾ ਕੀ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਸਾਰੇ ਘਰ ਚ ਫਿਰਦਿਆਂ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਫਿਰੇ ਤੇ ਘਟਦਾ ਕੀ ਹੈ, ਮੁੱਲ ਲੱਗਦਾ? ਜੈ ਪ੍ਰਸਾਦ ਦਾ ਮਤਲਬ ਹੈ ਵੇਖੋ ਕਥਾ ਕਰਨ ਨੂੰ ਤੇ ਮੈਂ ਅੱਖਾਂ ਮੀਟਦਾ ਤੇ ਇੱਕ ਕਿੰਨਾ ਬੋਲੀ ਜਾਊਂ ਤੁਹਾਡੇ ਪੱਲੇ ਪਵੇ ਨਾ ਪਵੇ ਮੈਂ ਕੀ ਲੈਣਾ। ਗੁਰੂ ਨੇ ਇੱਕ ਗੱਲ ਸਮਝਾਤੀ ਹੈ ਵੀ ਸਿੱਖ ਰੁੜਿਆ ਹੈ ਤੇ ਬਾਣੀ ਦੀ ਵਿਚਾਰ ਤੋਂ ਬਿਨਾਂ। ਇਹਦੇ ਕੋਲ ਬਾਣੀ ਤੇ ਹੈ, ਹੁਣ ਬਹੁਤ ਸਾਰੇ ਲੋਕ ਆ ਜਿਹੜੇ ਇੱਕੀ ਇੱਕੀ ਬਾਣੀਆਂ ਦਾ ਨਿਤਨੇਮ ਕਰਦੇ, ਮਗਰ ਵਿਚਾਰ ਪੁੱਛ ਲਓ। ਕਈ ਵਾਰ ਬੇਨਤੀ ਕੀਤੀ ਤੀ ਉਹ ਸੁਣਿਓ ਧਿਆਨ ਨੂੰ। ਸਿੱਖੀ ਇੱਕ ਪਲਾਂਟ ਆ, ਸਿੱਖੀ ਇੱਕ ਬੂਟਾ ਹੈ। ਕੀ ਆ? ਬੂਟਾ ਹੈ ਤੇ ਬੂਟੇ ਨੂੰ ਪਾਣੀ ਪਾਈਏ ਤੇ ਹਰਿਆ ਰਹਿੰਦਾ,
ਚਾਹੀਦਾ ਕਿ ਨਹੀਂ ਬੂਟੇ ਨੂੰ ਪਾਣੀ? ਕੋਈ ਬੂਟਾ ਸ੍ਰਿਸ਼ਟੀ ਤੇ ਇਹੋ ਜਿਹਾ ਹੈਗਾ ਜਿਹਨੂੰ ਪਾਣੀ ਨਾ ਪਾਈਏ? ਪਾਣੀ ਤੇ ਪਾਉਣਾ ਪੈਂਦਾ, ਹਰ ਬੂਟੇ ਨੂੰ ਪਾਉਣਾ ਪੈਂਦਾ, ਹਰਿਆ ਹੀ ਤਾਂ ਹੁੰਦਾ। ਇਸ ਪਲਾਂਟ ਨੂੰ ਪਾਣੀ ਪੈਂਦਾ ਸਿੱਖਿਆ ਦਾ। ਕਾਹਦਾ? ਕੀ ਸਿੱਖਿਆ? ਪਾਣੀ ਤੋਂ। ਪਾਣੀ ਤੋਂ ਖਾਲੀ ਰਹਿ ਗਿਆ ਬੂਟਾ, ਅੱਜ ਨਹੀਂ ਤੇ ਕੱਲ੍ਹ, ਤੇ ਆਹ 300 ਸਾਲਾਂ 400 ਸਾਲਾਂ 'ਚ ਸੁੱਕਣੇ ਸ਼ੁਰੂ ਹੋ ਗਏ ਕਿ ਬੂਟੇ? ਦੱਸੋ ਨਾ ਗੁਰੂ, ਕਿਸ ਕੋ ਬੋਲੋ। ਚਾਰ ਚੁਫੇਰੇ ਨਿਰਾਸ਼ਤਾ ਨਜ਼ਰ ਆਉਂਦੀ ਹੈ ਕਿ ਨਹੀਂ? ਆਖੋ ਵਾਹਿਗੁਰੂ। ਜਿਹੜੇ ਮਹਿਸੂਸ ਕਰਦੇ ਹੋ ਤੁਸੀਂ ਨਿਰਾਸ਼ਤਾ, ਚੰਗੇ ਗੁਰਸਿੱਖਾਂ ਨੂੰ, ਉਹ ਮੇਰਾ ਵੀਰ ਜਿਹੜਾ ਚੌਰ ਕਰ ਰਿਹਾ ਨਾ, ਇਹਨਾਂ ਦਾ ਵੱਡਾ ਭਰਾ ਕੋਈ ਕਰਜ਼ਾ ਨਹੀਂ, ਕੋਈ ਬਿਮਾਰੀ ਨਹੀਂ ਸੀ, ਸਾਰਾ ਦਿਨ ਪੰਥਲੀ ਸੋਚਦਾ ਸੀ। ਆਹ ਬਰੇਜ ਹੋ ਗਿਆ, ਆਹ ਪਾਸਾ ਜਾਂਦਾ ਰਿਹਾ, ਬਾਂਹ ਜਾਂਦੀ ਰਹੀ, ਲੱਤ ਜਾਂਦੀ ਰਹੀ, ਕੋਈ ਦੁੱਖ ਨਹੀਂ ਸੀ, ਕੋਈ ਪੈਸੇ ਤੋਂ ਦੁਖੀ ਨਹੀਂ ਸੀ, ਸਾਰਾ ਦਿਨ ਪੰਥਲੀ ਸੋਚਦਾ ਸੀ, ਹੇ ਵਾਹਿਗੁਰੂ ਪੰਥ ਨੂੰ ਕੀ ਹੋ ਗਿਆ। ਕਿਸੇ ਬੱਚੇ ਨੇ ਟੋਪੀ ਪਾਈ ਹੁੰਦੀ ਸੀ ਨਾ, ਪਿੱਛੇ ਭੱਜ ਕੇ ਜਾ ਕੇ ਉਹਨੂੰ ਕਹਿੰਦਾ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰਾ, ਸਾਡਾ ਸ਼ਿੰਗਾਰ ਟੋਪੀ ਨਹੀਂ ਗੀ, ਸਾਡਾ ਸ਼ਿੰਗਾਰ ਦਸਤਾਰ ਆ, ਗੁਰੂ ਨੇ ਸਾਨੂੰ ਬਖਸ਼ੀ। ਘਰ ਘਰ ਜਾ ਕੇ ਕਹਿੰਦੇ ਕਹਿੰਦੇ ਤੇ ਐਸਾ ਅਸਰ ਪਿਆ, ਸਰੀਰ ਇਤਰਾ ਹੋ ਗਿਆ। ਸਿੱਖਾ ਤੂੰ ਸੋਚ ਕਦੀ, ਆਖੋ ਵਾਹਿਗੁਰੂ। ਆਪਣੇ ਆਪ ਨੂੰ ਸੰਭਾਲ ਵੀ, ਤਿੰਨ ਬਚਨ ਮੈਂ ਕਹਿਣ ਲੱਗਾ। ਸਿੱਖੀ ਕੀ ਹੈ? ਸਿੱਖੀ ਕੀ ਦੱਸਿਆ? ਪਲਾਂਟ ਇੱਕ ਦੱਸ, ਸ਼ਾਬਾਸ਼। ਇਹਨੂੰ ਦੇ ਗੁਰਮੁਖ ਬੁੱਢੇ ਕਦੇ ਨਹੀਂ, ਇਹਨੂੰ ਕਹਿੰਦੇ। ਨੌਜਵਾਨ ਬੱਚਿਆਂ ਨੂੰ ਉਹ ਗੱਲ ਇੱਕ ਮਿੰਟ 'ਚ ਭੁੱਲ ਗਈ, ਮਗਰ ਤੁਹਾਨੂੰ ਨਹੀਂ ਭੁੱਲੀ। ਇੱਥੋਂ ਪਤਾ ਲੱਗਾ ਕਿਤੇ ਨਾ ਕਿਤੇ ਬਾਣੀ 'ਚ ਸੁਰਤ ਜੁੜੀ ਆ, ਜਿਉਂਦੀ ਆ, ਹਰੀ ਹੋ ਗਈ ਆ, ਸੁੱਕਦੀ ਨਹੀਂ। ਗੱਲ ਜਿਹੜੀ ਸੁਣੀ ਆ ਉਹਨੂੰ ਭੁੱਲਿਆ ਹੀ ਨਹੀਂ। ਸਿੱਖੀ ਇੱਕ ਬੂਟਾ ਹੈ, ਇਹਨੂੰ ਸਿੱਖਿਆ ਦਾ ਪਾਣੀ ਪੈਂਦਾ ਹੈ। ਹੁਣ ਨਾ ਤਾਂ ਸਿੱਖਿਆ ਹੈ, ਨਾ ਸਿੱਖਿਆ ਦੇਣੋਂ ਹਟ ਗਿਆ ਆਪਾਂ, ਨਾ ਸੁਣਨੋਂ ਵੀ ਹਟ ਗਏ ਹਾਂ, ਅਤੇ ਕੋਈ ਦਿੰਦਾ ਵੀ ਨਹੀਂ ਸਿੱਖਿਆ ਹੁਣ। ਸਮਝਦੇ ਹੋ? ਸਿੱਖਿਆ ਕੋਈ ਨਾ 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 ਨਾ, ਕਿਸੇ ਦੀ ਇੱਛਾ ਹੀ ਨਹੀਂ ਵੀ ਇਹ ਮੇਰੀ ਗੁਰੂ ਨਾਨਕ ਦੀ ਸਿੱਖੀ ਦੇ ਬੂਟੇ ਨੇ। ਘਰ ਘਰ ਦੇ ਵਿੱਚ ਆ ਜਿਹੜੇ ਨਿੱਕੇ ਨਿੱਕੇ ਬੱਚੇ ਆ, ਇਹ ਗੁਰੂ ਨਾਨਕ ਦੇ ਗਾਂ ਨਿੱਕੇ ਨਿੱਕੇ ਪਲਾਂਟ ਨੇ। ਇਹਨਾਂ ਨੂੰ ਅਸੀਂ ਸਿਖਾਉਣਾ ਹੈ ਵੀ ਸਿੱਖੀ ਕੀ ਹੁੰਦੀ, ਪੰਜ ਕਕਾਰ ਕੀ ਹੁੰਦੇ ਨੇ। ਆਖੋ ਵਾਹਿਗੁਰੂ। ਪੰਜ ਕਕਾਰ ਕੀ ਹੁੰਦੇ ਆ? ਕੰਘਾ ਕਿਉਂ ਰੱਖੀਦਾ ਏ? ਕੜਾ ਕਿਉਂ ਪਾਈਦਾ ਏ? ਕਛਹਿਰਾ ਕਿਉਂ ਪਾਈਦਾ? ਦੱਸਣਾ ਸੀ ਕਿ ਨਹੀਂ? ਬੋਲੋ। ਆਖੋ ਵਾਹਿਗੁਰੂ। ਦੱਸਣਾ ਹਟ ਗਿਆ। ਸਿੱਖਿਆ, ਇਹਨੂੰ ਸ਼ਬਦ ਮੈਂ ਕਿਹਾ ਸਿੱਖਿਆ। ਸਿੱਖੀ ਕੀ ਆ? ਇੱਕ ਬੂਟਾ ਏ, ਇਹਨੂੰ ਪਾਣੀ ਕਾਹਦਾ ਪਾਉਣਾ? ਸਿੱਖਿਆ ਦਾ। ਤੇ ਸਿੱਖਿਆ ਲੈਣੀ ਹਟ ਗਏ ਅਸੀਂ, ਉਧਰੋਂ ਦੇਣ ਵਾਲੇ ਹਟ ਗਏ, ਕਿੰਨੇ ਦਿਨ ਗੁਜ਼ਾਰਾ ਚੱਲੂ? ਕਿੰਨੇ ਦਿਨ ਗੁਜ਼ਾਰਾ ਦੇਣ ਵਾਲਿਆਂ ਦਾ? ਸਰਦਾ ਇੱਧਰ ਉੱਧਰ ਦੀਆਂ ਚੰਦ ਅਸਮਾਨ ਦੀਆਂ ਕਹਾਣੀਆਂ ਸੁਣਾਇਆ, ਸਰਦਾ ਕਿ ਨਹੀਂ? ਬੋਲੋ ਨਾ, ਮੇਰਾ ਇਸ਼ਾਰਾ ਸਮਝਿਆ ਜੇ? ਕਥਾ ਪੂਰੀ ਕਰਨੀ, ਕੋਈ ਸਾਖੀ ਸੁਣਾ ਦਿਓ। ਸਾਖੀ ਦੇ ਵਿੱਚ ਤੁਸੀਂ ਵੀ ਮਸਤ, ਕਿਉਂਕਿ ਸਾਖੀ 'ਚ ਮਨ ਜੁੜਦਾ ਹੈ। ਆਖੋ ਵਾਹਿਗੁਰੂ। ਸਾਖੀ ਕਿਉਂਕਿ ਮੇਰੇ ਵਰਗੇ ਸਰੀਰ ਦੀ ਕਹਾਣੀ ਆ, ਅਤੇ ਮੈਂ ਆਪੇ ਵੇਖੂੰਗਾ ਇਸ ਤਰ੍ਹਾਂ ਦੇ ਹੱਥ ਹੋਣਗੇ, ਇਸ ਤਰ੍ਹਾਂ ਦੇ ਕੰਨ ਹੋਣਗੇ, ਜਿਹਦੇ ਹੱਥ ਨਹੀਂ, ਕੰਨ ਨਹੀਂ, ਨੱਕ ਨਹੀਂ, ਕੰਨ ਨਹੀਂ, ਜਿਹਦਾ ਸਰੀਰ ਹੀ ਨਹੀਂ ਹੈਗਾ, ਉਹਦੀ ਸਾਖੀ ਸੁਣਨ ਲੱਗਿਆ ਤੇ ਸੱਜਣੋ ਨੀਂਦ ਆਉਣੀ। ਅਸੀਂ ਕਾਹਦੀ ਸੁਣਦੇ ਹਾਂ? ਸਰੀਰ ਦੀ ਸਾਖੀ। ਆਖੋ ਵਾਹਿਗੁਰੂ। ਗੱਜ ਕੇ ਬੋਲੋ ਨਾ।
ਸਰੀਰ ਦੀ ਸਾਖੀ ਚ ਸਾਡਾ ਜ਼ਰੂਰ ਮਨ ਜੁੜਦਾ ਹੈ। ਇਹ ਸ਼ਬਦ ਦੀ ਸਾਖੀ ਹੈ ਜਿਹੜੀ ਸਾਖੀ ਮੀਨਜ ਹੁੰਦਾ ਸਿੱਖਿਆ। ਸਾਖੀ ਮੀਨਜ ਅੱਜ ਤੋਂ ਯਾਦ ਕਰੋ, ਕੋਈ ਲਿਖ ਕੇ ਲੈ ਚੱਲਿਓ ਸਭ ਦੇ ਕਾਗਜ਼ ਤੇ। ਸਾਖੀ ਉਹ ਹੁੰਦੀ ਜਿਹਦੇ ਵਿੱਚ ਕੋਈ ਤੇ ਫਿਰ ਤੇ ਗੁਰਬਾਣੀ ਤੋਂ ਬਿਨਾਂ ਸਿੱਖਿਆ ਹੈ ਹੀ ਕਿਤੇ ਨਹੀਂ। ਗੁਰਬਾਣੀ ਤੋਂ ਬਿਨਾਂ ਤੇ ਕਿਤੇ ਸਿੱਖਿਆ ਹੈ ਨਹੀਂ। ਇਹ ਤੇ ਹੈ ਵੀ ਉਹ ਬੰਦਾ ਫਲਾਣੇ ਥਾਂ ਗਿਆ, ਢੀਂਗਲੇ ਥਾਂ ਗਿਆ, ਉਹਨੇ ਆਹ ਕੀਤਾ, ਉਹਨੇ ਆਹ ਕੀਤਾ। ਹੁਣ ਤੱਕ ਗੁਰੂਆਂ ਦੀਆਂ ਗੱਲਾਂ ਛੱਡ ਕੇ ਲੋਕੀ ਬਾਬਿਆਂ ਦੀਆਂ ਬਹੁਤੀਆਂ ਕਰਦੇ ਤੇ ਅਸੀਂ ਬੜੇ ਖੁਸ਼ ਹਾਂ ਕਿਉਂਕਿ ਕਿਸੇ ਨਾ ਕਿਸੇ ਤਰ੍ਹਾਂ ਵਿੰਗੇ ਟੇਢੇ ਹਿਸਾਬ ਨਾਲ ਅਸੀਂ ਵੀ ਕਿਸੇ ਬਾਬੇ ਨਾਲ ਜੁੜੇ ਹਾਂ। ਅਸੀਂ ਉਸ ਬਾਬੇ ਚੋਂ ਆਪਣੀ ਫੋਟੋ ਵੇਖਣੀ ਸ਼ੁਰੂ ਕਰ ਦਿੰਦੇ ਹਾਂ। ਸਿੱਖੀ ਸਿੱਖਿਆ, ਸਿੱਖਿਆ ਦਾ ਕੀ ਹੈ? ਪਾਣੀ 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 ਪਲਾਂਟ ਨੂੰ ਪਾਣੀ। ਮਹਾਰਾਜ ਨੂੰ ਪੁੱਛਿਆ, ਮਹਾਰਾਜ ਜੀ ਸਾਨੂੰ ਅੱਜ ਦੇ ਦੀਵਾਨ ਵਿੱਚੋਂ ਇਹਨਾਂ ਗੱਲਾਂ ਦਾ ਪਤਾ ਲੱਗ ਗਿਆ ਵੀ ਸਿੱਖੀ ਇੱਕ ਬੂਟਾ ਹੈ, ਇਹਦਾ ਪਾਣੀ ਕੀ ਆ? ਸਿੱਖਿਆ ਗੁਰੂ ਦੀ, ਗੁਰੂ ਦੀ ਸਿੱਖਿਆ। ਜਿਹਦੇ ਕੋਲ ਸਿੱਖਿਆ ਹੈ ਨਾ, ਉਹਨਾਂ ਨੇ ਖੋਪਰੀ ਲਵਾ ਲਈ, ਬੂਟਾ ਸੁੱਕਾ ਬੋਲੋ ਜੀ ਗੁਰੂ ਕਿਸ। ਜਿਹਨਾਂ ਕੋਲ ਐਸਾ ਬੂਟਾ ਪਲਿਆ ਸੀ ਕਾਹਦਾ? ਸਿੱਖਿਆ ਦਾ। ਸਿਰ ਜਾਏ ਤਾਂ ਜਾਏ, ਸਿੱਖਿਆ ਸੀ ਨਾ ਗੁਰੂ ਦੀ। ਜੇ ਇਹ ਭੁੱਲ ਗਿਆ ਹੁੰਦਾ ਤਾਰੂ ਸੋਨੂੰ ਵੀ ਮੇਰਾ ਗੁਰੂ ਕਹਿ ਗਿਆ ਸਿਰ ਜਾਏ ਪਰ ਸਿੱਖੀ, ਤੇ ਤਾਰੂ ਸੋ ਵੀ ਇਤਰਾਂ ਕਰ ਲੈਂਦਾ ਜਿਸ ਤਰ੍ਹਾਂ ਅੱਜ ਦੇ ਬੱਚਿਆਂ ਨੇ ਕੀਤਾ ਹੈ। ਮਗਰ ਤਾਰੂ ਸੋ ਦੇ ਅੰਦਰ ਜਿਕੂ ਦਰਖਤ ਦੇ ਵਿੱਚ ਪਾਣੀ ਸਮਾਇਆ ਹੁੰਦਾ, ਜਿੱਥੋਂ ਕਿਤੇ ਕੱਟ ਕੇ ਵੇਖੋ ਉਹਦੇ ਵਿੱਚੋਂ ਪਾਣੀ ਵਗਦਾ ਹੈ। ਇਸ ਤਰ੍ਹਾਂ ਹੀ ਤਾਰੂ ਸੋ ਵਰਗੀ ਪਵਿੱਤਰ ਆਤਮਾ ਦੇ ਵਿੱਚੋਂ ਜਿੱਥੋਂ ਕਦੀ ਪਾਲ ਕੇ ਵੇਖੋ ਗੁਰੂ ਦੀ ਸਿੱਖਿਆ ਦਿਸਦੀ ਵੀ ਮੇਰੇ ਗੁਰੂ ਨੇ ਕਿਹਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ। ਆਖੋ ਵਾਹਿਗੁਰੂ। ਪਤਾ ਲੱਗ ਰਿਹਾ ਕਿ ਵੈਸੇ ਹੀ ਜੇ ਅੰਦਰ ਜਾ ਰਹੀ ਹੈ ਗੱਲ, ਮੇਰੇ ਵੱਡੇ ਭਾਗ ਨੇ ਵੀ ਤੁਸੀਂ ਇਸ ਗੱਲ ਨੂੰ ਸਮਝੋ, ਕਰ ਲਾ ਵੀ ਇਹਨੂੰ ਬੰਦ ਬੁੰਦ। ਸਿੱਖੀ ਸਿੱਖਿਆ, ਦੋ ਚੀਜ਼ ਦੋ ਪੜਾਅ ਪੂਰੇ ਹੋ ਗਏ, ਸਿੱਖੀ ਤੇ ਅੱਗੇ ਆ ਗਿਆ। ਮਹਾਰਾਜ ਜੀ ਜੇ ਸਿੱਖਿਆ ਦਾ ਪਾਣੀ ਪੈ ਜਾਏ, ਸਿੱਖੀ ਦਾ ਬੂਟਾ ਪਲ ਜਾਏ, ਵੱਡਾ ਹੋ ਜਾਏ ਤੇ ਪਲੇ ਹੋਏ ਬੂਟੇ ਨੂੰ ਫਲ ਲੱਗਦੇ। ਆਖੋ ਵਾਹਿਗੁਰੂ। ਪਤਾ ਲੱਗ ਰਿਹਾ ਜੀ, ਜੇ ਬੂਟਾ ਪਲ ਜਾਏ ਤੇ ਵੱਡਾ ਹੋ ਜਾਏ ਬੂਟਾ ਤੇ ਉਹਨੂੰ ਕੀ ਲੱਗਦੇ? ਸਾਨੂੰ ਦੱਸੋ ਵੀ ਸਿੱਖੀ ਦੇ ਬੂਟੇ ਨੂੰ ਫਲ ਕਾਹਦਾ ਲੱਗਦਾ ਹੈ? ਕੋਈ ਦੱਸੋ ਤੁਹਾਡੇ ਚੋਂ ਹੱਥ ਖੜਾ ਕਰਕੇ। ਗੁਰ ਵਿਚਾਰ, ਵੇਖੋ ਉੱਥੇ ਲਿਖਿਆ ਸਭ ਕੁਝ, ਅਸੀਂ ਧਿਆਨ ਨਹੀਂ ਨਾ ਕਰਦਾ। ਸਿੱਖੀ ਸਿੱਖਿਆ, ਤੀਸਰਾ ਪੜਾ ਹੈ ਗੁਰ ਵਿਚਾਰ। ਪੌਦਾ ਪਲ ਗਿਆ, ਪੌਦਾ ਵੱਡਾ ਹੋ ਗਿਆ, ਪਾਣੀ ਵੀ ਆ ਗਿਆ, ਹੁਣ ਉੱਥੇ ਲੱਗਣੇ ਨੇ ਫਲ ਤੇ ਫਲ ਦਾ ਦੱਸਿਆ ਮੇਰੇ ਮਾਲਕ ਨੇ, ਗੁਰੂ ਨਾਨਕ ਸਾਹਿਬ ਨੇ, ਜਿੱਦਣ ਤੈਨੂੰ ਗੁਰੂ ਦੇ ਵਿਚਾਰ ਆਉਣੇ ਸ਼ੁਰੂ ਹੋ ਗਏ, ਤੂੰ ਲੰਮੇ ਪਿਆ ਹੈ, ਤੈਨੂੰ ਕੋਈ ਗੁਰਬਾਣੀ ਦੀ ਚੇਤਾ ਆ ਗਿਆ, ਕੋਈ ਤੁਕ ਤੇਰੇ ਅੰਦਰ ਚੱਲ ਪਈ ਹੈ। ਕਦੀ ਸੋਚਿਆ ਜੇ ਰਹਿਰਾਸ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਆਖੋ ਵਾਹਿਗੁਰੂ। ਮੇਰੇ ਮਾਧੋ ਜੀ ਸਤ ਸੰਗਤ ਮਿਲੇ, ਇਹ ਤੁਸੀਂ ਤੁਕ ਤੁਹਾਡੇ ਦਿਮਾਗ ਚੱਲ ਗਈ, ਬੋਲੀ ਨਹੀਂ। ਹੁਣ ਤੁਸੀਂ ਕਦੀ ਉੱਤੇ ਵਿਚਾਰ ਕੀਤੀ? ਬਿਮਾਰ ਕੀ ਕਾਹੇ ਰੇ ਮਨ ਚਿਤਵੇਂ ਉਦਮ ਜਾਂ ਆਹਰ ਹਰ ਜੀਉ ਭਰਿਆ, ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ। ਮੇਰੇ ਮਾਧੋ ਜੀ
ਜੇ ਇਹ ਵਿਚਾਰ ਤੁਹਾਡੇ ਅੰਦਰ ਚੱਲ ਪਏ ਨੇ ਤਾਂ ਸਮਝ ਲਓ ਫਲ ਆਉਣਾ ਸ਼ੁਰੂ ਹੋ ਗਿਆ, ਨਹੀਂ ਆਉਂਦਾ। ਆਖੋ ਵਾਹਿਗੁਰੂ, ਕੱਜ ਕੇ ਬੋਲੋ ਨਾ। ਨਹੀਂ ਵਿਚਾਰ ਲਾਗੂ ਦੀ ਲੰਘਦੇ, ਜੈ ਪ੍ਰਸਾਦ ਬਸੇ ਸੁਖ ਮੰਦਰ, ਜਿਹਦੀ ਕਿਰਪਾ ਨਾਲ ਸੋਹਣੇ ਘਰ ਦੇ ਵਿੱਚ ਤੂੰ ਬਿਸਤਰਾ ਵਿਛਾ ਕੇ ਸੁੱਤਾ ਏ। ਕਦੀ ਇੰਡੀਆ ਆ, ਮੈਂ ਤੈਨੂੰ ਵਖਾਵਾਂ, ਰੇਲ ਦੀਆਂ ਪਟੜੀਆਂ ਤੇ ਲੋਕੀ ਸੁੱਤੇ, ਸੜਕਾਂ ਦੀਆਂ ਪਟੜੀਆਂ ਤੇ ਲੋਕੀ ਸੁੱਤੇ, ਜਿੱਥੇ ਧਰਤੀ ਅੱਗ ਵਾਂਗ ਤਪ ਰਹੀ ਆ ਉੱਥੇ ਲੋਕੀ ਕੱਪੜਾ ਵਿਛਾ ਕੇ ਚਾਦਰ ਸੁੱਤੇ। ਤੈਨੂੰ ਸੋਹਣਾ ਘਰ ਬਖਸ਼ਿਆ, ਤੇਰੀ ਇਹ ਡਿਊਟੀ ਬਣਦੀ ਆ ਤਿਸੇ ਧਿਆਏ ਸਦਾ ਲਈ ਤੂੰ। ਵਾਹਿਗੁਰੂ 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 ਵਾਹਿਗੁਰੂ। ਖੁੱਲ ਕੇ ਥੋੜਾ ਜਿਹਾ ਹੋਰ ਖੁੱਲ ਕੇ, ਵਾਹਿਗੁਰੂ ਹਾਂ ਹਾਂ ਵਾਹਿਗੁਰੂ 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 ਗੁਰੂ 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 ਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜਿਹੜੀ ਕਰ ਪ੍ਰਸਾਦ ਗੁਰਦੇਵ ਦੀ ਅਸ਼ਟਪਦੀ ਹੈ ਨਾ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਨਾਨਕ ਪ੍ਰਭ ਸਰਨਾਗਤੀ। ਕੋਈ ਪਿੱਛੇ ਵਾਸੀ ਲੈਣ ਡਿਆ ਸੀ ਤੇ ਮੇਰੇ ਮਨ ਚ ਆਇਆ ਵੀ ਭਾਈ ਸਾਹਿਬ ਨੇ ਸ਼ਬਦ ਹੀ ਇਹ ਪੜਿਆ ਸੀ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਅਵਾਸੀ ਵੀ ਆਈ ਤੇ ਉਦੋਂ ਜਦੋਂ ਰੱਬ ਦੀ ਗੱਲ ਚੱਲਣ ਲਈ, ਫੋਨ ਖੋਲ੍ਹ ਕੇ ਕੋਈ ਬੈਠਾ ਹੋਵੇ, ਆਖੋ ਵਾਹਿਗੁਰੂ, ਯੂਟਿਊਬ ਤੇ ਲੱਗਾ ਹੋਵੇ, ਫੇਸਬੁੱਕ ਤੇ ਲੱਗਾ ਹੋਵੇ, ਕਦੀ ਕਿਸੇ ਨੂੰ ਉਬਾਸੀ ਲੈਂਦਿਆਂ ਵੇਖਿਆ? ਸਿੱਖਾ ਵਾ ਹੁਣ ਤੇ ਚੜ੍ਹਨਾ ਚਾਹੀਦਾ ਚਾਹ ਵੀ ਮੇਰੀ ਆਤਮਾ ਦੀ ਮੈਨੂੰ ਖੁਰਾਕ ਮਿਲੀ। ਆਖੋ ਵਾਹਿਗੁਰੂ, ਆਤਮਾ ਦੀ ਜਦੋਂ ਆਪਾਂ ਚਾਰ ਘੰਟੇ ਸ਼ਾਮੇ ਡੰਗਰ ਬੰਨ ਕੇ ਤੇ ਸ਼ਾਮ ਜੀ ਨੂੰ ਆਪਾਂ ਪੱਠੇ ਪਾਉਂਦੇ ਸਾਂ ਡੰਗਰਾਂ ਨੂੰ ਖੁਰਲੀਆਂ ਤੇ, ਤੁਸੀਂ ਤੇ ਨੀ ਪਾਏ ਹੋਣੇ, ਇੰਨਾ ਪਾਏ ਤੁਸੀਂ ਨੀ ਪਾਏ, ਪਾਏ ਹੈ ਨਾ? ਚਲੋ ਤੇ ਡੰਗਰਾਂ ਨੂੰ ਜਦੋਂ ਖੁਰਲੀ ਤੇ ਛੱਡੀਦਾ ਸੀ ਕਿਤੇ ਚਾਹ ਹੁੰਦਾ ਸੀ ਉਹਨਾਂ ਚ, ਭੱਜ ਭੱਜ ਕੇ ਉਹਨਾਂ ਪੱਠੇ ਖਾਣ ਦੀ ਜਗ੍ਹਾ ਤੇ ਕਦੀ ਐ ਮੂੰਹ ਮਾਰਨਾ, ਕਦੀ ਐ ਮੂੰਹ ਮਾਰ, ਕਿਉਂਕਿ ਉਹਨਾਂ ਨੂੰ ਪਤਾ ਸੀ ਸਾਨੂੰ ਭੋਜਨ ਮਿਲ ਗਿਆ। ਇੱਥੇ ਜੀਵ ਆਤਮਾ ਸੁਸਤ ਕਿਉਂ ਹੋ ਜਾਂਦੀ ਨਾਮ ਜਪਣ ਲੱਗੀ? ਉਹ ਖੇੜਾ ਬਣਾਓ, ਖੇੜੇ ਤੋਂ ਬਿਨਾਂ ਗੁਰੂ ਕੇ ਸਿੱਖੋ ਗੁਜ਼ਾਰਾ ਨਹੀਂ ਹੋਣਾ। ਕਹੋ ਨਾਨਕ ਕੇ ਤਤ ਵਿਚਾਰਾ, ਬਿਨ ਹਰ ਭਜਨ ਨਹੀਂ
ਨਹੀਂ ਛੁੱਟਿਆ ਜਾਣਾ। ਇਹ ਛੁੱਟਣ ਕਾ ਸੱਚਾ ਪ੍ਰਵਾਸਾ, ਜਿਹੜਾ ਨਾਮ ਜਪ ਰਿਹਾ ਉਹ ਛੁੱਟਣ ਦਾ ਸੱਚਾ ਪ੍ਰਵਾਸਾ ਗੁਰੂ ਦੇ ਰਿਹਾ ਹੈ। ਨਾਮ ਜਪੋਗੇ ਤੇ ਛੁੱਟ ਜਾਓਗੇ। ਤੁਸੀਂ ਕਦੀ ਪੜ੍ਹੇ ਹੋਏ ਕਾਮ ਕ੍ਰੋਧ ਅਰ ਲੋਭ ਵਾਲੀ ਇਸ ਪਦੀ ਚ, ਜੈ ਪ੍ਰਸਾਦ ਅਰੋਗ ਆਉਂਦੀ ਸੁਖਮਨੀ ਸਾਹਿਬ ਬੋਲ ਪਈ ਲਾਲ ਪੱਗ ਵਾਲੇ, ਸੁਖਮਨੀ ਸਾਹਿਬ ਨੇ ਆਉਂਦੀ ਪੜ੍ਹਦੇ ਤੇ ਹੋ ਗਏ, ਪੜ੍ਹਿਆ ਕਰੋ। ਜੈ ਪ੍ਰਸਾਦ ਅਰੋਗ, ਤੁਸੀਂ ਕਦੀ ਵੇਖਿਆ ਉਹਨਾਂ ਲੋਕਾਂ ਨੂੰ ਜਿਹਨਾਂ ਨੂੰ ਕੈਂਸਰ ਹੋ ਗਿਆ, ਮੰਜੇ ਤੇ ਪਏ ਆ, ਇੰਤਜ਼ਾਰ ਕਰ ਰਹੇ ਆ ਕਦੋਂ ਉਹ ਘੜੀ ਆਉਣੀ ਜਦੋਂ ਮੈਨੂੰ ਇਹ ਕਹਿ ਦੇਣਾ ਵੀ ਚੱਲ ਵੀ ਹੁਣ ਚੱਲੀਏ। ਨਾ ਜਿਉਣ ਦੀ ਆਸਾ ਏ, ਨਾ ਉੱਠਣ ਦੀ ਆਸਾ ਏ, ਨਾ ਪੁੱਤ ਵਿਆਹੁਣ ਦੀ ਆਸਾ ਏ, ਹਰ ਘੜੀ ਇੱਕ ਦਮਾਮਾ ਵੱਜਾ ਪਿਆ ਸਿਰ ਦੇ ਉੱਤੇ, ਮੈਂ ਮਰ ਜਾਣਾ ਹੈ। ਜਿਨ੍ਹਾਂ ਨੂੰ ਕੈਂਸਰ ਹੋ ਗਿਆ, ਤੇਰੇ ਵੱਲ ਵੇਖ ਮੇਰੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ, ਜੈ ਪ੍ਰਸਾਦ ਅਰੋਗ ਕੰਚਨ ਦੇਈ, ਜਿਹਦੀ ਕਿਰਪਾ ਨਾਲ ਅਰੋਗ ਰੋਗ ਤੋਂ ਰਹਿਤ, ਵੇਖ ਤੇਰੇ ਸਰੀਰ ਨੂੰ ਕੋਈ ਬਿਮਾਰੀ ਨਹੀਂ ਪਕੜਿਆ, ਤੇਰਾ ਕੀ ਧਰਮ ਬਣਦਾ ਹੈ, ਲਿਵ ਲਾਵੋ ਸੁਨੇਹੀ ਮੈਨੇ ਪਿਆਰ ਕਰਨ ਵਾਲਾ। ਉਸ ਰਾਮ ਨਾਲ ਪਿਆਰ ਕਰਨ ਨਾਲ ਤੇਰਾ ਵੀ ਧਰਮ ਬਣਦਾ ਹੈ, ਜਿਹਨੇ ਤੈਨੂੰ ਬਿਮਾਰੀ ਨਹੀਂ ਨਾ ਲੱਗਣ ਤੀ, ਤੂੰ ਲਿਵ ਜੋੜ ਕੇ ਵਾਹਿਗੁਰੂ 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 ਬਿਮਾਰੀ ਆਵੇ ਪਹਿਲੋਂ ਹੀ ਰੱਬ ਦਾ ਨਾਮ ਵਾਹਿਗੁਰੂ 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 ਵਾਹਿਗੁਰੂ। ਆ ਵੇਖੋ ਨਿੱਕੇ ਨਿੱਕੇ ਬੱਚੇ ਜਾਪ ਰਹੇ, ਸਮਝ ਲਓ ਕਲਮਾਂ ਲੱਗ ਰਹੀਆਂ, ਕਲਮਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਮਿੰਟ ਹੋਰ ਲੈ ਕੇ ਅੱਜ ਦੇ ਪਦੇ ਦੀ ਵਿਚਾਰ ਕਰਦਾ। ਜੈ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ, ਅਰਥ ਕਰੋਗੇ, ਹੱਥ ਖੜਾ ਕਰੋਗੇ ਨਹੀਂ? ਜੈ ਪ੍ਰਸਾਦ ਤੇਰੇ ਸਗਲ, ਲਿਖਿਆ ਨਾ ਵੈਸੇ ਤੇ ਬਾਣੀ ਚ ਸੁਖਮਨੀ ਸਾਹਿਬ ਪੜ੍ਹਦੇ ਹੋ, ਜਿਹੜੇ ਛਿਦਰ ਮੈਂ ਅੰਦਰ ਦਾ ਪੜਦੇ, ਛੇਕ ਹੋਏ ਤੇਰੀ ਜ਼ਿੰਦਗੀ ਚ, ਇਹਨੇ ਕਿਸੇ ਨੂੰ ਪਤਾ ਲੱਗਣ ਤਾਂ ਵੀ ਇਹ ਖੁੱਲੀ ਦਾੜੀ ਵਾਲੇ ਚ ਅੰਦਰ ਇੱਕ ਛੇਕ ਆ, ਲੱਗਣ ਤਾਂ ਸਾਰੇ ਜੀ ਆਇਆ ਕਹਿੰਦੇ, ਭਾਜੀ ਕਹਿੰਦੇ, ਕਿਸੇ ਨੂੰ ਕਿਸੇ ਦੇ ਗੁਨਾਹਾਂ ਦਾ ਨਹੀਂ ਪਤਾ, ਕਿਉਂ ਨਹੀਂ ਪਤਾ? ਕਿੰਨੇ ਪਰਦਾ ਪਾਇਆ ਹੈ ਗੁਰੂ ਨੇ ਹਰ ਇੱਕ ਦੀ ਜ਼ਿੰਦਗੀ ਦੇ ਉੱਤੇ, ਤੈਨੂੰ ਪਤਾ ਲੱਗਦਾ ਪਰਦਾ ਕੀ ਹੁੰਦਾ? ਸ਼ਾਬਾਸ਼, ਹਰ ਇੱਕ ਦੀ ਜ਼ਿੰਦਗੀ ਤੇ ਬੰਦੇ ਕਿੰਨਾ ਗੁਨਾਹਗਾਰ ਹੋਵੇ ਉਹਦੇ ਤੇ ਪਰਦਾ ਪਾ ਕੇ ਉਹਨੂੰ ਟੱਕਿਆ। ਜੇ ਪ੍ਰਸਾਦ ਤੇਰੇ ਸਗਲ ਛਿਦਰ, ਵੇਖ ਜੇ ਤੇਰੇ ਗੁਨਾਹ ਦਾ ਤੇਰੀ ਨੂੰਹ ਨੂੰ ਪਤਾ ਲੱਗ ਜਾਏ, ਤੇਰੇ ਪਾਪ ਦਾ ਤੇਰੀ ਘਰ ਵਾਲੀ ਨੂੰ ਪਤਾ ਲੱਗ ਜਾਏ, ਘਰ ਵਾਲੀ ਨੂੰ ਇਹ ਕਿਹਾ ਤੇਰੇ ਘਰ ਵਾਲੇ ਨੂੰ ਪਤਾ ਲੱਗ ਜਾਏ, ਵੇਖੋ ਦਿਆਲੂ ਪਰਮੇਸ਼ਵਰ ਦੀ ਕਿਰਪਾ, ਉਹਨੇ ਤੇਰੇ ਪਰਦੇ ਕਿਸੇ ਦੇ ਅੱਗੇ ਚੁੱਕੇ ਨਹੀਂ, ਚੁੱਕਣ ਨੂੰ ਚੁੱਕ ਸਕਦਾ ਕਿ ਨਹੀਂ ਬੋਲੋ? ਇਹੋ ਜਿਹੇ ਕਾਰਨ ਬਣ ਜਾਂਦੇ ਆ, ਇਹ ਚੇਤਾ ਹੀ ਨਹੀਂ ਹੁੰਦਾ
ਮਗਰ ਮੇਰਾ ਸਤਿਗੁਰੂ ਨੰਗਿਆਂ ਕਰ ਦਿੰਦਾ, ਕਈਆਂ ਨੂੰ ਕਰ ਦਿੰਦਾ, ਅਹੰਕਾਰੀਆਂ ਨੂੰ ਕਰਦਾ ਹੈ। ਨਿਮਰਤਾ ਨਾਲ ਜਿਹੜੇ ਕਹਿੰਦੇ ਕਹਿੰਦੇ ਰਹਿੰਦੇ ਨੇ, ਟਾਕ ਲਿਓ ਪਤ ਮੇਰੀ ਹਰਜੂ, ਟਾਕ ਲਿਓ ਪਤ ਮੇਰੀ, ਟਾਕ ਲਿਓ ਪਤ ਮੇਰੀ ਹਰਜੂ, ਟਾਕ ਲਿਓ ਪਤ ਮੇਰੀ। ਚਲੋ ਕਹਿੰਦੇ ਤੇ ਰਹੋ, ਟਾਕ ਲਿਓ ਪਤ ਮੇਰੀ ਹਰਜੂ, ਟਾਕ ਲਿਓ ਪਤ ਮੇਰੀ, ਟਾਕ ਜੇ ਕਹਿੰਦੇ ਵੀ ਰਹੋਗੇ। ਇੱਥੇ ਤੇ ਜਿਹੜੇ ਨਹੀਂ ਵੀ ਕਹਿੰਦੇ ਨਾ, ਤੂੰ ਸਾਂਝਾ ਸਾਹਿਬ, ਬਾਪ ਹਮਾਰਾ ਸਾਰਿਆਂ ਦਾ ਸਾਂਝਾ ਸਾਹਿਬ ਹੈ। ਜਿਤਨਾ ਕਿੱਡਾ ਵੱਡਾ ਗੁਨਾਹ ਬੱਚੇ ਨੇ ਕੀਤਾ ਹੋਵੇ ਤੇ ਪਿਓ ਕਹਿੰਦਾ ਮੇਰੇ ਪੁੱਤ ਨੇ ਨਹੀਂ ਕੀਤਾ, ਕਹਿੰਦਾ ਕਿ ਨਹੀਂ, ਬੋਲੋ ਨਾ। ਇਤਨਾ ਹੀ ਮੇਰਾ ਗੁਰੂ ਹਰ ਇੱਕ ਦੇ ਪਰਦੇ ਢੱਕਦਾ, ਜੇ ਪ੍ਰਸਾਦ ਤੇਰੇ ਸਗਲ ਛਿਦਰ ਢੱਕੇ ਮਨ ਸ਼ਰਨੀ ਪਰ ਨਾਨਕ ਪ੍ਰਭ ਤਾਕੇ। ਉਹਦੀ ਸ਼ਰਨ ਵਿੱਚ ਡਿੱਗਾ ਰਹੋ, ਉਹਦੀ ਪਨਾਹ ਦੇ ਵਿੱਚ ਆਇਆ ਰਹੋ 24 ਘੰਟੇ। ਆ ਵੇਖੋ ਹੁਣ ਸੋਹਣਾ ਗੁਰਦੁਆਰਾ ਬਣਾ ਲਿਆ, ਇੰਨੀ ਰਮਣੀਕ ਜਗ੍ਹਾ ਦਿੱਤੇ, ਆਉਣ ਵਾਲਿਆਂ ਦੀ ਗਿਣਤੀ ਕਿੰਨੀ ਹੈ। ਅੱਜ ਕਥਾ ਹੈ ਤੇ 4 ਜੀ ਆ ਗਏ ਹੋ, ਰੋਜ਼ ਕੌਣ ਹੁੰਦਾ ਹੋਊ ਇੱਥੇ? ਆਖੋ ਵਾਹਿਗੁਰੂ। ਇੱਕ ਭਾਈ ਸਾਹਿਬ ਰਹਿ ਰਾਜ ਸਾਹਿਬ ਕਰਨ ਵਾਲੇ ਰਾਗੀ ਸਾਹਿਬਾਨ, ਇਤਨਾ ਨਹੀਂ ਗੁਰੂ ਕਿਆ ਸਿੱਖਾ। ਸੰਧਿਆ ਪ੍ਰਾਤ ਦਾ ਹੁਕਮ ਆ ਵੀ ਸਵੇਰੇ ਸ਼ਾਮ ਗੁਰਦੁਆਰੇ ਹਾਜ਼ਰੀ ਸਿੱਖ ਨੇ ਭਰਨੀ ਆ, ਮਗਰ ਅਸੀਂ ਗੁਰਦੁਆਰੇ ਚੋਂ ਆਉਣੋਂ ਹਟ ਗਏ। ਆਖੋ ਵਾਹਿਗੁਰੂ। ਜਿਹਦੇ ਬਾਰੇ ਲਿਖਿਆ ਗੁਰੂ ਦੁਆਰੇ ਹੋਏ, ਜਿੱਥੋਂ ਸੋਝੀ ਮਿਲਣੀ ਉੱਥੇ ਆਉਣੋਂ ਹੀ ਹਟ ਗਏ। ਸਾਡੇ ਗੁਰਦੁਆਰੇ ਵੀ ਫੇਸਬੁੱਕ ਬਣ ਗਏ। ਉਹ ਭੈਣ ਨੂੰ ਕਹੋ ਚੌਂਕੜਾ ਮਾਰੇ ਜਾ ਕੇ, ਥੋੜਾ ਚਿਰ ਬਸ, ਮਹਾਰਾਜ ਤੰਦਰੁਸਤੀ ਬਖਸ਼ੇ ਤੁਹਾਨੂੰ। ਅਸੀਂ ਗੁਰਦੁਆਰੇ ਆਉਣੋਂ ਹਟ ਗਏ, ਅਸੀਂ ਆਣ ਕੇ ਸਤਿਗੁਰੂ ਦੀ ਬਾਣੀ ਪੜ੍ਹਨੀ ਛੱਡਤੀ, ਸੁਣਨੀ ਛੱਡਤੀ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢੱਕੇ, ਅਰੋਗ ਕੰਚਨ ਦੇਵੀ ਦੀ ਗੱਲ ਕਰਤੀ, ਜੇ ਪ੍ਰਸਾਦ ਤੇਰੀ ਪੱਤ ਰਹੇ, ਜਿਹਦੀ ਕਿਰਪਾ ਨਾਲ ਤੇਰੀ ਇੱਜ਼ਤ ਵੱਜ ਜਾਏ। ਗੁਰਪ੍ਰਸਾਦ ਨਾਨਕ ਜਸ ਕਹੇ, ਤੁਸੀਂ ਤੇ ਮੈਂ ਰੋਜ਼ ਸ੍ਰੀ ਸੁਖਮਨੀ ਸਾਹਿਬ ਪੜ੍ਹਦੇ ਹਾਂ, ਮਗਰ ਇਤਨਾ ਟਕਾ ਟਕਾ ਕੇ ਜਿਹਦੇ ਨਾਲ ਆਪੇ ਹੀ ਅਰਥ ਹੁੰਦੇ ਜਾਣ। ਤੇ ਅਰਥ ਕਿਸੇ ਨੂੰ ਨਹੀਂ ਸੁਣਾਉਣੇ, ਆਪਣੇ ਆਪ ਨੂੰ ਸੁਣਾਉਣੇ ਨੇ। ਕੀ ਆਖਿਆ ਜੀ? ਜਿਹੜੇ ਅਰਥ ਕਰੇ ਤੇ ਮੇਰੀ ਰੂਹ ਨੂੰ ਪਤਾ ਲੱਗੇ, ਵੇਖ ਕਮਲੀਏ ਤੇਰੇ ਪਰਦੇ ਢੱਕਦਾ ਹੀ ਉਹ, ਵੇਖ ਕਮਲੀਏ ਤੈਨੂੰ ਸੋਹਣਾ ਉਹਨੇ ਘਰ ਦਿੱਤਾ ਹੀ, ਵੇਖ ਕਮਲੀਏ ਤੇਰੀ ਦੇਹ ਅਰੋਗ ਸੋਨੇ ਵਰਗੀ ਰੱਖੀ ਉਹਨੇ, ਤੂੰ ਉਸ ਮਾਲਕ ਦੇ ਚਰਨਾਂ ਨਾਲ ਜੁੜ। ਇੱਕ ਵਾਰ ਮਾਰੋ ਚੌਂਕੜੇ, ਲੱਕ ਸਿੱਧਾ ਕਰੋ, ਵਾਹਿਗੁਰੂ 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 ਤੁਸੀਂ ਇੱਕ ਮਿੰਟ ਲਈ ਮੈਨੂੰ ਜਵਾਬ ਦਿਓ, ਕਦੀ ਥੋਟਲੈਸ ਹੋਏ ਹੋ ਤੁਸੀਂ ਕਿ ਸਾਰੇ?
ਇੱਥੇ ਗੁਰੂ ਸਾਹਿਬ ਨੇ ਕਿਹਾ ਹੈ ਅੱਖ ਦੇ ਫਰਕੇ ਜਿੰਨਾ ਹੋ ਜਾ, ਜਿਹਦਾ ਡਿਪਰੈਸ਼ਨ ਜਿਹੜੀ ਬਿਮਾਰੀ ਹੈ ਨਾ, ਡਿਪਰੈਸ਼ਨ ਸੁਣਿਆ ਨਾ, ਘਰ ਘਰ ਮਰੀਜ਼ ਹੈਗੇ ਹੁਣ, ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈਗਾ। ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਡਿਪਰੈਸ਼ਨ ਦਾ, ਕੋਈ ਇਲਾਜ ਨਹੀਂ। ਡਿਪਰੈਸ਼ਨ ਇੱਕ ਇਹ ਹੁੰਦਾ ਵੀ ਅੰਦਰ ਰੌਲਾ ਪੈਣਾ ਸ਼ੁਰੂ ਹੋ ਜਾਣਾ, ਤੁਸੀਂ ਚੁੱਪ ਹੋਣਾ ਚਾਹੁੰਦੇ ਹੋ ਵਿਚਾਰਾਂ ਤੋਂ, ਮਗਰ ਐਟੋਮੈਟਿਕਲੀ ਅੰਦਰ ਇੰਨਾ ਸ਼ੋਰ ਪੈਣਾ ਸ਼ੁਰੂ ਹੋ ਜਾਂਦਾ, ਬੰਦਾ ਪਾਗਲਾਂ ਵਰਗੀਆਂ ਹਰਕਤਾਂ ਕਰ ਰਹੀਆਂ, ਇਹਨੂੰ ਕਹਿੰਦੇ ਡਿਪਰੈਸ਼ਨ ਦੀ ਬਿਮਾਰੀ। ਸਾਰੇ ਡਾਕਟਰ ਕੀ ਕਰਦੇ ਨੇ ਵੀ ਇੱਕ ਮਰੀਜ਼ ਜਾਂਦਾ ਕਹਿੰਦਾ ਮੈਨੂੰ ਡਿਪਰੈਸ਼ਨ ਹੋ ਗਿਆ, ਉਹ ਕਹਿੰਦਾ ਕੋਈ ਗੱਲ ਨਹੀਂ ਮੇਰੇ ਕੋਲ ਦਵਾਈ ਹੈ, ਇੰਨਾ ਫੱਕਾ ਗੋਲੀਆਂ ਦਾ ਦੇ ਦਿੰਦਾ, ਦੋ ਗੋਲੀਆਂ ਅੱਗੇ ਵਧਾ ਦਿੰਦਾ, ਦੋ ਕੱਲ ਵਧਾ ਦਿੰਦਾ। ਉਹਨਾਂ ਗੋਲੀਆਂ ਦੇ ਵਿੱਚ ਸਿਰਫ ਅਸਰ ਇੰਨਾ ਹੁੰਦਾ ਵੀ ਇਹ ਬੰਦਾ ਸੁੱਤਾ ਰਹਿੰਦਾ, ਨੀਂਦ ਸੁੱਤਾ ਰਹਿੰਦਾ, ਜਦੋਂ ਉੱਠਦਾ ਫੇਰ ਬਿਮਾਰੀ ਸ਼ੁਰੂ। ਕੋਈ ਬਿਮਾਰੀ ਜਿਹਦਾ ਕੋਈ ਇਲਾਜ ਨਹੀਂ ਸ੍ਰਿਸ਼ਟੀ ਦੇ ਉੱਤੇ ਮੇਰੇ ਗੁਰੂ ਕੋਲ ਹੈਗਾ, ਮੇਰਾ ਗੁਰੂ ਸਮਰੱਥ ਹੈ, ਮੇਰਾ ਵੈਦ ਗੁਰੂ ਹੈਗਾ ਹੈ, ਪੂਰਾ ਸਤਿਗੁਰੂ ਆ। ਕੀ ਇਲਾਜ ਆ ਦੀ? ਅੱਖ ਦੇ ਫਰੱਕੇ ਜਿੰਨਾ ਸਮਾਂ ਥੋਟਲੈਸ ਹੋ ਜਾਓ, ਆਰਾਮ ਹੋਣਾ ਸ਼ੁਰੂ ਹੋ ਜਾਓ। ਤੁਹਾਨੂੰ ਸ਼ੋਰ ਨੇ ਪਾਗਲ ਕੀਤਾ ਹੈ, ਜਿੱਦਣ ਤੁਸੀਂ ਸ਼ੋਰ ਨੂੰ ਰੋਕਣਾ ਸ਼ੁਰੂ ਕਰਤਾ, ਆਪਣੇ ਤੇ ਧਿਆਨ ਦੇਣਾ ਸ਼ੁਰੂ ਕਰਤਾ ਵੀ ਮੈਂ ਅੰਦਰੋਂ ਵਿਚਾਰ ਨਹੀਂ ਚੱਲਣ ਦੇਣੇ, ਥੋਟ ਨਹੀਂ ਚੱਲਣ ਦੇਣੇ, ਉਦਣ ਹੀ ਤੁਸੀਂ ਰੋਗ ਹੋ ਜਾਣਾ। ਇਹਦੀ ਕੋਈ ਬਿਮਾਰੀ ਦੀ ਇਹਦੀ ਦਵਾਈ ਨਹੀਂ ਹੈਗੀ, ਚੁੱਪ ਹੋ ਜਾਓ, ਅੰਦਰੋਂ ਚੁੱਪ ਹੋ ਜਾਓ ਤੇ ਵੇਖੋ ਫਿਰ ਭਰਦੇ ਕਿੰਨੇ ਜੇ, ਤੁਸੀਂ ਕਿੰਨੇ ਭਰ ਜਾਂਦੇ ਹੋ, ਕਿੰਨਾ ਨੱਕੋ ਨੱਕ ਨਾਨਕ ਨਜ਼ਰੀ ਨਜ਼ਰ ਰਿਹਾਲ ਹੋ ਜਾਂਦੇ ਜਿੱਦਣ ਤੁਹਾਡੇ ਵਿਚਾਰ ਰੁਕਣੇ ਸ਼ੁਰੂ ਹੋ ਗਏ। ਤੇ ਅੱਜ ਮੈਂ ਉਹ ਬਚਨ ਦੀ ਵਿਚਾਰ ਕਰਾਂ, ਸੱਤ ਪੁਰਖ ਜਿਨ ਜਾਣਿਆ, ਆਉਂਦੀ ਹੈ ਨਾ ਬਾਣੀ, ਸੱਤ ਪੁਰਖ ਜਿਨ ਸਤਿਗੁਰ ਤਿਸ ਕਾ ਨਾਉ। ਅਰਥ ਕਰੋਗੇ? ਅਰਥ ਕਰੋਗੇ? ਸੱਤ ਪੁਰਖ ਅਕਾਲ ਪੁਰਖ ਜਿਨ ਜੱਜੇ ਨੂੰ ਸਿਆਰੀ ਨਾਨੇ ਦੇ ਔਂਕੜ ਨਹੀਂ ਗਾ ਉੱਥੇ, ਤੁਸੀਂ ਕਦੀ ਧਿਆਨ ਦੇ ਕੇ ਨਹੀਂ ਪੜ੍ਹਦੇ, ਦਿਓ ਹਾਂ ਥੋੜਾ ਜਿਹਾ ਭਾਰ ਪਾਓ ਹਾਂ, ਜੇ ਇੱਕ ਪੜੀ ਕਦੀ ਪੜੀ ਸੁਖਮਨੀ ਸਾਹਿਬ ਤੇ ਕੀ ਸਪੈਲਿੰਗ ਨੇ ਉੱਥੇ, ਜੱਜੇ ਨੂੰ ਸਿਆਰੀ ਨੰਨੇ ਨੂੰ ਸਿਆਰੀ, ਦੋਵੇਂ ਵਾਰ ਸਿਆਰੀ ਆ। ਜੇ ਨੰਨੇ ਦੇ ਔਂਕੜ ਹੁੰਦਾ ਥੱਲੇ ਤੇ ਤਾਂ ਮਤਲਬ ਸੀ ਵੀ ਜਿੰਨੇ ਜਿੰਨੇ ਸੱਤ ਨੂੰ ਜਾਣ ਲਿਆ ਸਤਿਗੁਰ ਤਿਸਕਾ, ਫਿਰ ਤੇ ਸਾਰੇ ਸਰਟੀਫਾਈਡ ਹੋ ਗਏ, ਜਿੰਨੇ ਝੂਠੇ ਗੁਰੂ ਨੇ, ਗੁਰੂ ਤਾਂ ਇੱਕ ਆਖੋ ਵਾਹਿਗੁਰੂ ਗੁਰੂ ਤੇ। ਇਹਦਾ ਸਪੈਲਿੰਗ ਇਹ ਬਣਦਾ ਜੀ, ਧਿਆਨ ਦਿਓ, ਕਦੀ ਸੁਣਾਇਆ ਕਰੋ ਸੰਗਤ ਨੂੰ, ਜੱਜੇ ਨੂੰ ਸਿਆਰੀ ਨਾਨੇ ਨੂੰ ਸਿਆਰੀ ਦਾ ਅਰਥ ਬਣਦਾ ਜਿਹਦੇ ਰਾਹੀਂ ਸੱਚ ਨੂੰ ਜਾਣਿਆ। ਨਹੀਂ ਪਤਾ ਲੱਗਾ, ਮੈਂ ਸੱਚ ਨੂੰ ਨਹੀਂ ਸਾ ਜਾਣਦਾ ਵੀ ਸੱਚ ਕੀ ਹੈ, ਕੋਈ ਆਇਆ ਜਿਹਨੇ ਮੈਨੂੰ ਜਣਾਤਾ ਵੀ ਸੱਚ ਇਹਨੂੰ ਕਹਿੰਦੇ, ਆਦ ਸੱਚ ਹੈ ਵੀ ਸੱਚ, ਇੰਨੀ ਪ੍ਰੋੜਤਾ ਨਾਲ ਸੱਚ ਦੇ ਬਾਰੇ ਜਿਹਨੇ ਜਣਾਇਆ ਸਤਿਗੁਰ ਤਿਸਕਾ ਨਾਉ, ਸਤਿਗੁਰ ਉਹਦਾ ਨਾਂ ਹੈ ਜਿਹਨੇ ਮੈਨੂੰ ਸੱਚ ਬਾਰੇ ਜਣਾਇਆ, ਜਿਹਦੇ ਰਾਹੀਂ ਸੱਚ ਨੂੰ ਮੈਂ, ਇੱਕ ਵਾਰ ਬੋਲੋ ਖੁੱਲ ਕੇ ਬੋਲੋ, ਜਿਹਦੇ ਰਾਹੀਂ ਸੱਚ ਨੂੰ ਮੈਂ ਸਤਿਗੁਰ ਤਿਸਕਾ ਨਾਉ, ਉਹਦਾ ਨਾਮ ਸਤਿਗੁਰੂ ਆ। ਇਹ ਨਹੀਂ ਵੀ ਕੰਨ ਚ ਫੂਕ ਮਾਰੇ ਆਖੋ ਵਾਹਿਗੁਰੂ ਤੇ ਆਖਦੇ ਮੈਂ ਵੀ ਗੁਰੂ। ਬਾਬਾ ਦੀਪ ਸਿੰਘ ਸਾਹਿਬ ਨੂੰ ਜਿੱਦਣ ਸਾਹਿਬ ਆਲਮ ਨੇ ਅੰਮ੍ਰਿਤ ਛਕਾਇਆ ਨਾ, ਆਖੋ ਵਾਹਿਗੁਰੂ, ਗੱਜ ਕੇ ਬੋਲੋ
ਕੀ ਨਾਂ ਲਿਆ ਮੈਂ? ਬਾਬਾ ਦੀਪ ਸਿੰਘ ਸਾਹਿਬ ਨੂੰ ਅੰਮ੍ਰਿਤ ਛਕਾਇਆ। ਉਦਣ ਅਜੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਨਾਮ ਸੀ ਬਾਬਾ ਦੀਪਾ, ਦੀਪਾ ਪਿੰਡ ਦਾ, ਜਿਨ੍ਹਾਂ ਦਾ ਨਾਮ ਦੀਪ ਸਿੰਘ ਹੁੰਦਾ ਪਹਿਲੋਂ ਕੀ ਕਹਿੰਦੇ? ਦੀਪਾ, ਦੀਪਾ ਕਹਿੰਦੇ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਆਖਿਆ ਤੇਰਾ ਨਾਂ ਕੀ ਆ? ਕਹਿੰਦੇ ਜੀ ਦੀਪਾ। ਆ ਸੁਣਿਓ, ਤੇ ਸਾਹਿਬ ਨੇ ਪੁੱਛਿਆ ਜਗਿਆ ਕਿ ਬੁਝਿਆ? ਦੀਪਾ ਦਾ ਮਤਲਬ ਹੁੰਦਾ ਦੀਵਾ, ਜਗਿਆ ਕਿ ਬੁਝਿਆ? ਤੇ ਉਹਨੂੰ ਅੱਜ ਪਤਾ ਲੱਗਾ ਵੀ ਦੀਪੇ ਦਾ ਅਰਥ ਦੀਵਾ ਹੁੰਦਾ ਹੈ। ਇੰਨੇ ਸੰਸਕਾਰਾਂ ਦਾ ਪ੍ਰਬਲ ਸੀ ਬਾਬਾ ਦੀਪ ਸਿੰਘ ਸਾਹਿਬ। ਉਸੇ ਘੜੀ ਮਹਾਰਾਜ ਪਾਤਸ਼ਾਹ ਨੂੰ ਬੇਨਤੀ ਹੱਥ ਜੋੜ ਕੇ ਕਰਦਾ, ਸਤਿਗੁਰੂ ਮੈਨੂੰ ਤੇ ਪਤਾ ਨਹੀਂ ਮੈਂ ਜਗਿਆ ਕੇ ਬੁਝਿਆ ਵਾ, ਜੇ ਬੁਝਿਆ ਤੇ ਜਗਾ ਦੋ ਨਾ। ਤੁਸੀਂ ਕਿਹਾ ਕਦੀ ਇੱਥੇ ਆਣ ਕੇ ਮਹਾਰਾਜ ਮੇਰੇ ਅੰਦਰ ਦਾ ਕਿਹਾ ਜੇ ਕਦੀ? ਪੀ ਆਰ ਮੰਗ ਲਈ, ਇਹੋ ਮੰਗਿਆ ਨਾ। ਜਿੰਨਾ ਸਟੂਡੈਂਟ ਆਉਂਦਾ ਉਹ ਵਿਚਾਰਾ ਕੀ ਮੰਗਦਾ ਬੋਲੋ? ਫਿਰ ਕਾਰੋਬਾਰ ਮੰਗਦੇ। ਇੱਕ ਚੰਗਾ ਸਟੂਡੈਂਟ ਗਿਆ ਸੀ ਆਨੰਦਪੁਰ ਸਾਹਿਬ, ਜਿਹਨੂੰ ਪਤਾ ਲੱਗਾ ਮੇਰਾ ਨਾਮ ਦੀਪਾ, ਖੁਸ਼ੀਆਂ ਚੜ ਗਈਆਂ। ਕਹਿੰਦਾ ਮਹਾਰਾਜ ਤੁਸੀਂ ਕੀ ਪੁੱਛਿਆ? ਕਹਿੰਦੇ ਜਗਿਆ ਕਿ ਬੁਝਿਆ? ਕਹਿੰਦੇ ਜਗੇ ਦਾ ਤੇ ਮੈਨੂੰ ਪਤਾ ਨਹੀਂ, ਜੇ ਮੈਂ ਬੁਝਿਆ ਵਾ ਤੇ ਤੁਸੀਂ ਮੈਨੂੰ ਜਗਾ ਦਿਓ। ਅੱਜ ਕੁਝ ਕਹਿਣ ਲੱਗਾ ਧਿਆਨ ਨਾਲ, ਆਖੋ ਵਾਹਿਗੁਰੂ, ਸੁਣਿਓ ਧਿਆਨ ਨਾਲ। ਜਦੋਂ ਆਖਿਆ ਜਗਾ ਦਿਓ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਪੈਣ ਲੱਗੇ, ਪੁੱਤਰ ਸਵੇਰੇ ਕੇਸੀ ਇਸ਼ਨਾਨ ਕਰਕੇ ਤਖ਼ਤ ਸਾਹਿਬ ਤੇ ਆ ਜਾਈ, ਦੀਵਾ ਜਗਾ ਦੋ। ਕਿੱਥੇ ਆ ਜਾਈ? ਤਖ਼ਤ ਸਾਹਿਬ ਤੇ ਆ ਜਾਈ। ਕਿਹੜੇ ਤੇ? ਸ੍ਰੀ ਕੇਸਗੜ੍ਹ ਸਾਹਿਬ ਆ ਜਾਈ, ਦੀਵੇ ਜਗਾ ਦਾਂਗੇ। ਤੇ ਬਾਬੇ ਦੀਪੇ ਨੇ, ਪਿੰਡ ਦਾ ਰਹਿਣ ਵਾਲਾ ਸੀ ਮਾਝੇ ਦਾ, ਤੁਹਾਡੇ ਤੁਸੀਂ ਵੀ ਉੱਧਰ ਦੇ ਹੋ? ਅੱਛਾ, ਪਹੁ ਪਿੰਡ ਦੇ ਸੀ। ਕੋਈ ਇੰਨਾ ਚਾਤਰ ਨਹੀਂ ਸੀ, ਬਾਣੀ ਦਾ ਪ੍ਰੇਮੀ ਸੀ ਵੈਸੇ ਛੋਟਾ ਜਿਹਾ ਹੁੰਦਾ ਹੀ, ਮਗਰ ਲੋਕਾਂ ਜਿੰਨਾ ਚਾਤਰ ਨਹੀਂ ਸੀ। ਭੋਲੇ ਜੀ ਨੇ ਆਖਿਆ ਮਹਾਰਾਜ ਜੀ ਲੋਕ ਦੇ ਕੰਨ ਚ ਫੂਕ ਮਾਰ ਕੇ ਦੀਵਾ ਜਗਾ ਦਿੰਦੇ, ਕਰ ਦਿੰਦੇ ਕਿ ਨਹੀਂ? ਬੋਲੋ, ਤੁਹਾਡੇ ਘਰਾਂ ਚ ਇੱਥੇ ਆਮ ਸੰਸਾਰ ਚ ਤੁਰੇ ਫਿਰਦੇ, ਫੂਕ ਮਾਰਤੀ ਕਰਤਾ ਤੇਰਾ ਕੰਮ? ਮੇਰੇ ਸਾਹਿਬ ਨੇ ਆਖਿਆ ਮੈਂ ਇਸ ਤਰ੍ਹਾਂ ਦਾ ਦੀਵਾ ਨਹੀਂ ਜਗਾਉਂਦਾ, ਮੈਂ ਦੀਵਾ ਉਹ ਜਗਾਊਂਗਾ ਜਿਹੜਾ ਕਿੰਨੀਆਂ ਹਨੇਰੀਆਂ ਆਉਣ ਤੇ ਬੁਝੇ ਨਾ। ਕਿਤਨਾ ਜਗਾਓਗੇ ਜੀ? ਸਵੇਰੇ ਕੇਸੀ ਇਸ਼ਨਾਨ ਕਰਕੇ ਆ ਜੀ, ਮੈਂ ਤੇਰੇ ਗਲ ਵਿਚ ਪੰਜ ਕਕਾਰ ਪਾਊਂਗਾ, ਮੈਂ ਤੇਰੀ ਝੋਲੀ ਚ ਪੰਜ ਬਾਣੀਆਂ ਪਾਊਂਗਾ, ਮੈਂ ਚਾਰ ਕੁਰਹਿਤਾਂ ਤੇਰੇ ਕੋਲ ਛਡਾਊਂਗਾ, ਪੰਜ ਰਹਿਤਾਂ ਤੈਨੂੰ ਪੱਕੀਆਂ ਕਰਾਊਂਗਾ। ਦੀਪ ਸਿੰਘਾ, ਤੇਰੇ ਅੰਦਰ ਦਾ ਮੈਂ ਦੀਵਾ ਜਗਾ ਦੂੰਗਾ, ਭਾਵੇਂ ਜਿੰਨੀਆਂ ਮਰਜ਼ੀ ਕਾਮ ਕਰੋ ਲੋ ਮੋਹੰਕਾਰ ਦੀਆਂ ਹਨੇਰੀਆਂ ਆਉਣ, ਸਾਡਾ ਵਚਨ ਰਿਹਾ ਇੱਕ ਦਿਨ ਹੋਊਗਾ ਜਿਦਨ ਸਿਰ ਤੇ ਧੜ ਅਲੱਗ ਪਏ ਹੋਣਗੇ, ਦੀਵਾ ਤੇਰਾ ਫਿਰ ਜਗਦਾ ਹੋ। ਗੁਰੂ ਕਿਆ ਸਿੱਖਾ? ਗੁਰੂ ਕੋਲ ਮੰਗ ਕਦੀ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕੈ ਸੰਗ ਸਿੱਖ ਉਧਰੇ। ਸੰਗ ਦਾ ਮਤਲਬ ਸੰਗਤ, ਐਸੇ ਸਤਿਗੁਰੂ ਦੀ ਸੰਗਤ ਵਿੱਚ ਸਿੱਖ ਦਾ ਉਧਾਰ ਹੁੰਦਾ ਹੈ। ਤਿਸਕੈ ਸੰਗ ਸਿੱਖ ਨਾਨਕ ਹਰ ਗੁਣ ਗਾਓ, ਫਿਰ ਕੀ ਕਰਦਾ ਹੈ? ਵਾਹਿਗੁਰੂ ਵਾਹਿਗੁਰੂ। ਇਹ ਗੁਰੂ ਦੀ ਸੰਗਤ ਆਇਓ ਨਾ। ਜਿਉਂਦੇ ਰਹੋ, ਜਿਉਂਦੇ ਰਹੋ, ਜਿਉਂਦੇ ਰਹੋ, ਜਿਉਂਦੇ ਰਹੋ।
ਇਹ ਕਿਹਾ ਬਿਰਥਾ ਨਹੀਂ ਜੇ ਜਾਣਾ, ਮੇਰਾ ਗੁਰੂ ਕਹਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੇਖਿਆ ਕਿਸੇ ਪਲਾਂਟ ਨੂੰ ਤੁਸੀਂ ਪਾਣੀ ਦਿੰਦੇ ਹੋ, ਪਾਣੀ ਤੇ ਪੀ ਗਿਆ ਮਗਰ ਉਹਦੇ ਵਿੱਚ ਪਾਣੀ ਦਿਸਦਾ? ਬੋਲੋ ਚੰਗਾ ਜਿਉਂਦਾ ਰਹੋ ਪੁੱਤ ਮੇਰਾ, ਤੁਸੀਂ ਦੱਸੋ ਜੀ ਪੀ ਗਿਆ ਪਾਣੀ ਮਗਰ ਉਹਦੇ ਵਿੱਚ ਪਾਣੀ ਕਿੱਥੇ ਆ? ਰਚ ਗਿਆ, ਰਚ ਗਿਆ। ਆਖੋ ਵਾਹਿਗੁਰੂ। ਫਿਰ ਉਸ ਰਚੇ ਹੋਏ ਪਾਣੀ ਵਾਲੇ ਪਲਾਂਟ ਨੂੰ, ਦਰਖਤ ਨੂੰ ਤੁਸੀਂ ਅੱਗ ਲਾਉਣੀ ਚਾਹੋ ਲੱਗ ਜੂ? ਸੁੱਕੇ ਨੂੰ ਜਦੋਂ ਪਾਣੀ ਸੁੱਕ ਜੂਗਾ ਫਿਰ ਲੱਗ ਜੂਗੀ? ਇਸੇ ਤਰ੍ਹਾਂ ਜਪਣ ਵਾਲੇ ਦਾ ਨਾਮ ਅੰਦਰ ਰਚ ਜਾਂਦਾ ਹੈ। ਤੁਸੀਂ ਕਿੰਨਾ ਉਹਦੇ ਕੋਲ ਅੱਗ ਲੈ ਕੇ ਜਾਓ, ਅੱਗ ਮੀਨਜ ਕੋਈ ਗੁੱਸੇ ਦੀਆਂ ਗੱਲਾਂ ਕਰੋ ਉਹਦੇ ਨਾਲ, ਕਿੰਨੀਆਂ ਦੂਸਰੀਆਂ ਇੱਧਰ ਉੱਧਰ ਦੀਆਂ ਕਹਾਣੀਆਂ, ਉਹਨੂੰ ਗੁੱਸਾ ਕਿਉਂ? ਅੱਗ ਲੱਗੀ ਹੀ ਨਹੀਂ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜਿਹੜਾ ਸਿੱਖ ਬਣ ਗਿਆ, ਜਿਹਨੇ ਗੁਰੂ ਦੀ ਸਿੱਖਿਆ ਲੈ ਲਈ, ਐਸੇ ਸਤਿਗੁਰੂ ਦਾ ਜਿਹਨੂੰ ਮਿਲਾਪ ਹੋ ਗਿਆ, ਲੋੜ ਆ ਮੇਰੀਓ ਧੀਓ ਵੀਰੋ ਗੁਰਸਿੱਖੋ, ਸਿੱਖ ਨੂੰ ਸੁਣਨਾ ਤੇ ਮਨ ਵਿੱਚ ਵਸਾਉਣਾ। ਸਿੱਖ ਮੀਨਜ ਸਿੱਖਿਆ, ਸਿੱਖਿਆ ਜਿਹਨੇ ਸਿੱਖਿਆ ਸੁਣ ਲਈ ਤੇ ਸਿੱਖ ਬਣ ਗਿਆ, ਉਹਦੀ ਸਤਿਗੁਰ ਸਿੱਖ ਕੀ ਕਰੇ? ਪ੍ਰਤਪਾਲ, ਉਹਨੂੰ ਬੇਪਰਵਾਹ ਹੋ ਜਾਣਾ ਚਾਹੀਦਾ। ਸਿਰ ਤੇ ਪਾਣੀ ਚੁੱਕੀ ਤਾਂ ਧੌਣ ਟੁੱਟ ਗਈ, ਲੱਕ ਤਾਂ ਟੁੱਟ ਗਿਆ ਸਿਰ ਤੇ ਕੀ ਭਾਰ ਚੁੱਕਿਆ ਸੀ, ਟੱਬਰ ਮੈਂ ਪਾਲ ਰਿਹਾ, ਕਾਰੋਬਾਰ ਮੈਂ ਕਰ ਰਿਹਾ, ਇਹ ਸਿਰ ਤੇ ਭਾਰ ਚੁੱਕਿਆ ਸੀ। ਇੱਕ ਥਾਂ ਤੇ ਬਾਣੀ ਵਿੱਚ ਸ਼ਬਦ ਲਿਖਿਆ ਜੌਲੋ ਪੋਟ ਉਠਾਈ ਚੱਲਿਓ, ਪੋਟ ਪੋਟ ਮੀਨਜ ਪੋਟਲੀ ਪੰਡ ਚੁੱਕੀ, ਤੌਲੋ ਦੁੱਖਨ ਭਰੇ, ਉਹਨਾਂ ਚਿਰ ਤੇ ਬੰਦਾ ਦੁੱਖਾਂ ਨਾਲ ਭਰਿਆ ਪਿਆ ਜਿਹਨਾਂ ਚਿਰ ਪੰਡ ਚੁੱਕੀ, ਕਦੀ ਬੱਚਿਆਂ ਦੀ ਕਦੀ ਕਾਰੋਬਾਰ ਦੀ, ਪੋਟ ਡਾਰ ਪੋਟ ਸਿਰ ਤੋਂ ਲਾਹਤੀ, ਗੁਰ ਪੂਰਾ ਮਿਲਿਓ ਪੂਰੇ ਗੁਰੂ ਕੋਲ ਲਿਆ ਕੇ ਪੰਡ, ਦੁੱਖ ਪਰ ਹਰ ਤੇ ਸੁੱਖ ਘਰ ਲੈ ਜਾਏ, ਦੁੱਖਾਂ ਦੀ ਪੰਡ ਸੁੱਟਤੀ ਤੇ ਗੁਰੂ ਨੇ ਆਪ ਚੁੱਕ ਕੇ ਸੁੱਖਾਂ ਦੀ ਪੰਡ ਉਹਦੇ ਸਿਰ ਤੇ ਰੱਖ ਦਿੱਤੀ ਜਿਹਨੇ ਗੁਰੂ ਦੇ ਅੱਗੇ ਸਰੈਂਡਰ ਕਰਤਾ। ਆਖੋ ਵਾਹਿਗੁਰੂ। ਸਤਿਗੁਰ ਸਿੱਖ ਕੀ ਕਰੇ? ਸੇਵਕ ਕੋ ਗੁਰ, ਸੇਵਕ ਕੋ ਗੁਰ ਸਦਾ ਦਿਆਲ। ਜਦੋਂ ਗੁਰੂ ਮਿਹਰਬਾਨੀ ਕਰਦਾ ਹੈ ਸਭ ਤੋਂ ਪਹਿਲਾਂ, ਸਭ ਤੋਂ ਪਹਿਲੀ ਕਿਹੜੀ ਗੱਲ ਕਰਦਾ ਹੈ? ਇਹਦੀ ਖੋਟੀ ਮਤ ਨਾਸ ਕਰਦਾ ਹੈ। ਸਿੱਖ ਕੀ ਗੁਰ, ਦੁਰਮਤ ਹੁੰਦਾ ਖੋਟੀ ਬੁੱਧੀ, ਨੋਟ ਕਰ ਲਓ। ਦੁਰਮਤ ਸ਼ਬਦ ਜਿੱਥੇ ਆਊਗਾ ਨਾ ਉਹਦਾ ਮਤਲਬ ਹੁੰਦਾ ਭੈੜੀ ਮਤ, ਖੋਟੀ ਬੁੱਧੀ। ਗੁਰੂ ਸਭ ਤੋਂ ਪਹਿਲਾਂ ਆਪਣੇ ਕੋਲ ਸੱਦ ਕੇ ਤੇ ਉਹਦੀ ਖੋਟੀ ਬੁੱਧੀ ਨਾਸ ਕਰਦਾ ਹੈ। ਸਿੱਖ ਕੀ ਗੁਰ ਦੁਰਮਤ ਮਲ, ਐਸਾ ਸਾਫ਼ ਕਰ ਦਿੰਦਾ ਉਹਦੇ ਵਿੱਚੋਂ 24 ਘੰਟੇ ਵਾਹਿਗੁਰੂ ਵਾਹਿਗੁਰੂ ਦੀ ਵਾਹਿਗੁਰੂ ਦੀ ਧੁਨੀ ਚੱਲਦੀ, ਗੁਰਬਚਨੀ ਹਰ ਨਾਮ ਉਚਰੇ, ਸਤਿਗੁਰ ਸਿੱਖ ਕੇ ਸਾਰੇ ਬੰਧਨ ਕੱਟ ਦਿੰਦਾ ਹੈ। ਜੇ ਕਦੀ ਗੁਰੂ ਪੂਰਾ ਮਿਲ ਜਾਏ ਤੇ, ਅੱਜ ਬਹੁਤ ਸਾਰੇ ਸਿੱਖ ਪੰਥ ਵਿੱਚ ਬਾਬੇ ਇਹੋ ਜਿਹੇ ਨੇ ਜਿਹੜੇ ਸਾਡੇ ਨੌਜਵਾਨ ਬੱਚਿਆਂ ਨੂੰ ਕਾਰ ਸੇਵਾ ਤੇ ਲੈ ਜਾਂਦੇ,
ਪਤਾ ਲੱਗ ਗਿਆ ਜਿਵੇਂ ਕੀ ਕਿਹਾ ਕੀ ਕਰਾਉਂਦੇ ਨਸ਼ਿਆਂ ਤੇ ਲਾ ਦਿੰਦੇ ਬਾਬੇ ਲਾਉਂਦੇ ਡੇਰਿਆਂ ਤੇ ਲੈ ਜਾਂਦੇ ਨਸ਼ੇ ਖਵਾ ਦਿੰਦੇ ਵੀ ਸਾਰਾ ਦਿਨ ਸਾਡਾ ਕੰਮ ਕਰਨ ਇਹਦੀ ਜ਼ਿੰਦਗੀ ਭਾਵੇਂ ਬਰਬਾਦ ਹੋ ਜਾਏ ਸਾਡੀ ਟੋਕਰੀ ਸਾਰਾ ਦਿਨ ਪੂਰੀ ਢੋਵੇ ਇਹਦੀ ਜ਼ਿੰਦਗੀ ਭਾਵੇਂ ਬਰਬਾਦ ਹੋ ਜਾਏ ਨਹੀਂ ਤਰਸ ਖਾਂਦੇ ਗੁਰੂ ਸਭ ਤੋਂ ਪਹਿਲਾਂ ਜਦੋਂ ਸੇਖੇ ਦੇ ਕੋਲ ਆਉਂਦਾ ਇਹਦੀ ਖੋਟੀ ਬੁੱਧੀ ਨਾਸ ਕਰਦਾ ਹੈ ਗੁਰਬਚਨੀ ਹਰ ਸਤਿਗੁਰ ਸਿੱਖ ਕੇ ਗੁਰ ਕਾ ਸਿੱਖ ਗੁਰੂ ਦਾ ਸਿੱਖ ਆਸਤੇ ਆਸਤੇ ਗੁਰੂ ਦੀ ਸਿੱਖਿਆ ਤੇ ਚੱਲਦਾ ਵਕਾਰਾਂ ਤੋਂ ਹਟ ਜਾਂਦਾ ਹੈ ਸਤਿਗੁਰ ਸਿੱਖ ਕਹੋ ਨਾਮ ਦਾ ਧਨ ਬਖਸ਼ਦਾ ਹੈ ਇੱਥੇ ਵੇਖੋ ਆਣ ਕੇ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਵਰਤਦੀ ਹੈ ਨਾ ਅੱਖ ਵਾਹਿਗੁਰੂ ਇਹ ਤੁਹਾਡਾ ਮੂੰਹ ਮਿੱਠਾ ਕਰਦੀ ਕਿਰਦਾਰ ਮਿੱਠਾ ਨਹੀਂ ਕਰਦੀ ਅੱਖ ਵਾਹਿਗੁਰੂ ਕੀ ਆਖਿਆ ਮੈਂ ਇਹਦੇ ਕੋਲ ਇੰਨੀ ਪਾਵਰ ਹੈ ਗੁਰੂ ਦਾ ਲੱਗਿਆ ਹੋਇਆ ਪ੍ਰਵਾਨ ਕੀਤਾ ਹੋਇਆ ਪ੍ਰਸ਼ਾਦ ਮੂੰਹ ਚ ਪਿਆ ਵਾਹਿਗੁਰੂ ਕਿਹਾ ਤੇ ਜੀਵਾ ਮਿੱਠੀ ਹੋ ਗਈ ਕਿਰਦਾਰ ਨੂੰ ਨਹੀਂ ਬਦਲਿਆ ਜਿਹੜਾ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦਾ ਪ੍ਰਸ਼ਾਦ ਮਿਲਦਾ ਇਹ ਤੁਹਾਡੇ ਕਿਰਦਾਰ ਨੂੰ ਬਦਲਦਾ ਹੈ ਤੁਹਾਡੀ ਸੋਚ ਨੂੰ ਬਦਲਦਾ ਹੈ ਤੁਹਾਡੀ ਰਹਿਣੀ ਸਹਿਣੀ ਨੂੰ ਬਦਲ ਦਿੰਦਾ ਹੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਜਿਹਨੂੰ ਨਾਮ ਦਾ ਧਨ ਮਿਲ ਗਿਆ ਉਹ ਗੁਰ ਕਾ ਸਿੱਖ ਵੱਡੇ ਭਾਗਾਂ ਵਾਲਾ ਹੈ ਜਿਹਨੂੰ ਉਹਨੇ ਨਾਮ ਦਾ ਧਨ ਬਖਸ਼ਤਾ ਫਿਰ ਸਤਿਗੁਰ ਸਿੱਖ ਕਾ ਹਾਲਤ ਲੋਕ ਤੇ ਪ੍ਰਲੋਕ ਸਵਾਰ ਦਿੰਦਾ ਗੁਰੂ ਇੰਨਾ ਸਿੱਖ ਦੇ ਉੱਤੇ ਮਿਹਰਬਾਨ ਹੁੰਦਾ ਹੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੇ ਜੀ ਨਾਲ ਸੰਭਾਰੇ ਆਪਣੇ ਕਲੇਜੇ ਨਾਲ ਲਾ ਕੇ ਤੇ ਉਹਨੂੰ ਯਾਦ ਰੱਖਦਾ ਹੈ ਕਦੀ ਉਹਨੂੰ ਭੁੱਲਦਾ ਨਹੀਂ ਜੇ ਸਿੱਖ ਤੇ ਭਾਵੇਂ ਭੁੱਲ ਜਾਂਦਾ ਹੈ ਆਖੋ ਵਾਹਿਗੁਰੂ ਆਉਂਦੇ ਨੇ ਮਾਪੇ ਕੁਮਾਪੇ ਨਹੀਂ ਹੁੰਦੇ ਤੇ ਪੁੱਤ ਕਪੁੱਤ ਹੋ ਜਾਂਦੇ ਅਸੀਂ ਉਹਦੇ ਪੋਤਿਆਂ ਅਸੀਂ ਕਪੁੱਤ ਬਣ ਜਾਂਦੇ ਕਈ ਕਈ ਦਿਨ ਗੁਰਦੁਆਰੇ ਹੀ ਨਹੀਂ ਵੜਦੇ ਆਪਣੇ ਬਜ਼ੁਰਗ ਨੂੰ ਤੁਸੀਂ ਘਰ ਵਿੱਚ ਲਿਆ ਕੇ ਰੱਖ ਕੇ ਉਹਨੂੰ ਮਿਲਣ ਨਾ ਜਾਓ ਕਿੰਨਾ ਪੀੜਾ ਹੋਊਗੀ ਉਸ ਬਜ਼ੁਰਗ ਨੂੰ ਤੇ ਜਿਸ ਦਿਨ ਤੁਸੀਂ ਗੁਰਦੁਆਰੇ ਨਹੀਂ ਆਉਂਦੇ ਗੁਰੂ ਕੇ ਸਿੱਖੋ ਗੁਰੂ ਨੂੰ ਪੀੜਾ ਨਹੀਂ ਇਸ ਗੱਲ ਦੀ ਵੀ ਇਹਨਾਂ ਨੂੰ ਮੈਂ ਘਰ ਦਿੱਤੇ ਇਹਨਾਂ ਨੂੰ ਕਾਰੋਬਾਰ ਦਿੱਤੇ ਗੱਡੀਆਂ ਦਿੱਤੀਆਂ ਇੰਨੀ ਕਿਹੜੀ ਗੱਲ ਦੀ ਮੇਰੇ ਨਾਲ ਨਾਰਾਜ਼ਗੀ ਹੋ ਗਈ ਕਦੀ ਮਹੀਨੇ ਬਾਅਦ ਜੇ ਕੋਈ ਕੱਲ੍ਹ ਸੰਗਰਾਂਦ ਸੀ ਕਿਸੇ ਨੇ ਆਖਿਆ ਜੀ ਅੱਜ ਗੁਰਦੁਆਰੇ ਜ਼ਰੂਰ ਜਾਣਾ ਹੈ ਅੱਜ ਕੀ ਆ ਤੇ ਰੋਜ਼ ਕੀ ਹੈ ਉੱਥੇ ਤੇ ਲਿਖਿਆ ਹਰ ਗਾਓ ਮੰਗਲ ਨਿੱਤ ਸਖੀਏ ਸੋਗ ਗਾਓ ਸੁਣੋ ਪੜ੍ਹੋ ਤੇ ਗੁਰਪੂਰੇ ਤੂੰ ਰੱਖਿਆ ਉੱਥੇ ਤੇ ਕਿਹਾ ਵੀ ਰੋਜ਼ ਆ ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ ਆ ਹੱਥ ਜੋੜ ਕੇ ਬੇਨਤੀ ਆ ਕਥਾ ਕੀਤੀ ਆ ਜਿੰਨੀ ਗੁਰੂ ਨੇ ਜਿਤਨਾ ਦੀ ਕਰਾਈ ਇੱਕ ਤੇ ਬਾਣੀ ਪੜ੍ਹਨੀ ਸ਼ੁਰੂ ਕਰੋ ਜੇ ਚਾਹੁੰਦੇ ਹੋ ਵੀ ਘਰਾਂ ਚ ਬਰਕਤਾਂ ਪੈਣ ਜੇ ਚਾਹੁੰਦੇ ਹੋ ਤੁਹਾਡੇ ਮਨ ਨੂੰ ਸ਼ਾਂਤੀ ਆਵੇ ਤੇ ਚਲੋ ਹਾਲੀ ਜੇ ਨਹੀਂ ਬਿਲਕੁਲ ਹੀ ਛੱਡਤੀ ਜੇ ਇੱਕ ਜਪਜੀ ਸਾਹਿਬ ਦਾ ਪਾਠ ਸੇ ਸ਼ੁਰੂ ਕਰੋ ਘਰ ਵਿੱਚ ਇੱਕ ਜਪਜੀ ਸਾਹਿਬ ਤੇ ਪੜ੍ਹੋ ਆਪਣੇ ਬੱਚਿਆਂ ਨੂੰ ਪੜ੍ਹਾਓ ਆਖੋ ਵਾਹਿਗੁਰੂ ਕਲਯੁੱਗ ਦਾ ਗੁਰੂ ਕੌਣ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਕਹੋ ਇੱਕ ਵਾਰ ਤੇ ਜੇ ਗੁਰੂ ਨੂੰ ਚੇਤੇ ਨਹੀਂ ਕਰਦੇ ਬਾਣੀ ਨਾਲ ਹੀ ਗੱਲਾਂ ਨਹੀਂ ਕਰਦੇ ਸਾਰਾ ਦਿਨ ਦੂਸਰਿਆਂ ਨਾਲ ਗੱਲਾਂ ਕਰਦੇ ਰਹਿੰਦੇ ਗੁਰੂ ਨਾਲ ਗੱਲਾਂ ਕਰੀਏ ਅੰਮ੍ਰਿਤ ਵੇਲੇ ਉੱਠੀਏ ਇਸ਼ਨਾਨ ਕਰੀਏ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੋਗਾ ਮਨ ਤੇ ਤਨ ਅਰੋਗ ਉਗਾ ਕੋਟ ਬਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਸਾਰਾ ਕੁਝ ਸਹੀ ਹੋ ਜਾਊਗਾ ਜੇ ਤੁਸੀਂ ਗੁਰਦੁਆਰੇ ਰੋਜ਼ ਆਣ ਕੇ
ਇੱਕ ਸੰਧਿਆ ਦਾ ਆ ਜਿਹੜਾ ਟਾਈਮ ਇਹਨੂੰ ਸੰਧਿਆ ਦਾ ਟਾਈਮ ਕਹਿੰਦੇ। ਇੱਧਰ ਧਿਆਨ ਦੇ ਬਈ, ਕੀ ਕਹਿੰਦੇ? ਸੰਧਿਆ ਦਾ ਅਰਥ ਕੀ ਹੈ? ਹਾਂ ਸ਼ਾਬਾਸ਼, ਸੰਧੀ ਸੰਧੀ, ਸ਼ਾਬਾਸ਼, ਜਿੰਦੇ ਰਹੋ। ਦੋਵੇਂ ਜਦੋਂ ਮਿਲਦੀਆਂ, ਹਨੇਰਾ ਤੇ ਚਾਨਣ ਇੱਕ ਹੋਣ ਲੱਗੇ ਨੇ ਕੁਛ ਸਮਾਂ, ਜਦੋਂ ਸੂਰਜ ਨਹੀਂ, ਇਹਨੂੰ ਸੰਧਿਆ ਕਹਿੰਦੇ। ਤੇ ਬਾਣੀ ਚ ਲਿਖਿਆ ਸਾ ਸੰਧਿਆ ਪ੍ਰਮਾਣ ਹੈ। ਬੋਲੋ, ਸੰਧਿਆ ਕਿਹੜੀ ਪ੍ਰਮਾਣ ਹੈ? ਜਿੱਤ ਹਰ ਪ੍ਰਭ ਮੇਰਾ ਚਿੱਤ ਆਵੇ। ਰਹਿ ਰਾਸ ਦੇ ਵੇਲੇ ਰੱਬ ਚੇਤੇ ਆਇਆ, ਸਵੇਰੇ ਫੇਰ ਦਿਨ ਦਾ ਤੇ ਰਾਤ ਦੀ ਇੱਕ ਘੜੀ ਆਈ, ਜਦੋਂ ਨਾ ਹਾਲੀ ਰਾਤ ਮੁੱਕੀ ਆ ਤੇ ਨਾ ਦਿਨ ਚੜਿਆ, ਉਹਨੂੰ ਵੀ ਸੰਧਿਆ ਕਹਿੰਦੇ। ਅੰਮ੍ਰਿਤ ਵੇਲੇ ਨੂੰ ਵੀ, ਉਸ ਵੇਲੇ ਵੀ ਰੱਬ ਨੂੰ ਚੇਤੇ ਕਰਨਾ ਹੈ। ਉਹੀ ਸੰਧਿਆ ਪ੍ਰਵਾਨ ਹੋਊਗੀ, ਉਹੀ ਦਿਨ ਚੜਿਆ, ਉਹੀ ਰਾਤ ਵੀ ਪ੍ਰਵਾਨ ਹੋਊਗੀ ਜੇ ਤੁਹਾਨੂੰ ਰੱਬ ਚੇਤਿਆ। ਭੁੱਲਾਂ ਨਾ ਚਿਤਾਰਿਓ ਜੀ, ਅਸੀਸ ਬਖਸ਼ੋ। ਅੰਮ੍ਰਿਤ ਜਿਨ੍ਹਾਂ ਨੇ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਆਪਣੀ ਮਨੁੱਖਾ ਦੇਹ ਨੂੰ ਅੰਮ੍ਰਿਤ ਤੋਂ ਬਿਨਾਂ ਕਿਤੇ ਵੈਸੇ ਨਾ ਲੈ ਜਿਓ। ਬਾਗ ਲਾਉਂਦੇ ਹੋ? ਬਾਗ ਕਦੀ ਲਾਇਆ ਕਿਸੇ ਨੇ? ਵੇਖਿਆ ਇੱਛਾ ਕੀ ਹੁੰਦੀ ਹੈ ਬੂਟੇ ਲਾਉਣ ਤੋਂ ਬਾਅਦ? ਇਹਨੂੰ ਕੀ ਲੱਗਾ ਹੈ? ਇਹਨੂੰ ਕੀ ਲੱਗਾ ਹੈ? ਇਸ ਬੂਟੇ ਨੂੰ ਕੀ ਲੱਗਾ ਹੈ? ਇਸ ਬੂਟੇ ਨੂੰ ਫਲ ਲੱਗਣਾ ਹੈ ਅੰਮ੍ਰਿਤ ਦਾ। ਕੀ ਜੀ? ਅੰਮ੍ਰਿਤ ਦਾ ਫਲ ਲੱਗਣਾ ਹੈ। ਜਿਨ੍ਹਾਂ ਜਿਨ੍ਹਾਂ ਛਕ ਲਿਆ ਉਹਨਾਂ ਨੂੰ ਸਮਝ ਲਿਓ, ਫਲ ਲੱਗ ਗਿਆ, ਹੁਣ ਮਿੱਠਾ ਭਰ ਰਿਹਾ ਹੈ। ਕੋਸ਼ਿਸ਼ ਕਰੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ ਤੇ ਰੋਜ਼ ਉੱਠ ਕੇ ਨਿਤਨੇਮ ਕਰੋ। ਵੇਖਿਓ ਸਹੀ ਤੁਹਾਡੀ ਜ਼ਿੰਦਗੀ ਕਿੰਨੀ ਬਦਲ ਜਾਣੀ ਆ, ਤੁਹਾਡੀ ਜ਼ਿੰਦਗੀ 'ਚ ਕਿੰਨਾ ਰਹੱਸ ਤੇ ਆਨੰਦ ਆ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।